ਸਾਹਿਬ ਪ੍ਰੋਗਰਾਮ ਵਿੱਚ ਅੱਜ ਅਸੀਂ ਗੱਲ ਕਰਾਂਗੇ ਕਾਫੀ ਮਹੱਤਵਪੂਰਨ ਮੁੱਦੇ ਉੱਤੇ ਜਿਸ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਵਿੱਚ ਵਿਵਾਦ ਵੇਖਣ ਨੂੰ ਮਿਲਿਆ। ਅਸੀਂ ਗੱਲ ਕਰ ਰਹੇ ਹਾਂ ਜਰਨੈਲ ਸਿੰਘ ਭਿੰਡਰਾਂਵਾਲਾ, ਜਿਹਨੂੰ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਵੀ ਕਿਹਾ ਜਾਂਦਾ ਹੈ। ਉਹਨਾਂ ਦਾ ਪੋਰਟਰੇਟ ਲਗਾਇਆ ਗਿਆ SGPC ਦੇ ਅਜਾਇਬ ਘਰ ਅੰਮ੍ਰਿਤਸਰ ਵਿਖੇ, ਤੇ ਉਸ ਤੋਂ ਬਾਅਦ ਇੱਕ ਵਿਵਾਦ ਖੜਾ ਹੋਇਆ। ਕਾਂਗਰਸ ਨੇ ਇਸ ਗੱਲ ਨੂੰ ਲੈ ਕੇ ਰਾਜਪਾਲ ਤੇ ਕੇਂਦਰ ਸਰਕਾਰ ਤੋਂ ਸ਼ਿਕਾਇਤ ਕਰ ਦਿੱਤੀ, ਲੇਕਿਨ ਇਸ ਮਾਮਲੇ ਤੇ ਹੁਣ ਕਾਂਗਰਸ ਬੈਕਫੁੱਟ ਤੇ ਆ ਗਈ। ਇੱਕ ਤਰੀਕੇ ਨਾਲ ਉਸ ਤਰੀਕੇ ਦੀ ਵਿਰੋਧਤਾ ਨਹੀਂ ਰਹੀ ਜੋ ਕਿ ਸ਼ੁਰੂਆਤ ਦੇ ਵਿੱਚ ਹੋਈ ਸੀ। ਇਸ ਦੇ ਨਾਲ ਹੀ ਜਿਹੜੀ ਪ੍ਰਮੁੱਖ ਵਿਰੋਧ ਪ੍ਰਮੁੱਖ ਧਿਰਾਂ ਹੈਗੀਆਂ ਨੇ ਸ਼੍ਰੋਮਣੀ ਅਕਾਲੀ ਦਲ ਤੇ BJP, ਉਹ ਇਸ ਮਾਮਲੇ ਤੇ ਸ਼ੁਰੂ ਤੋਂ ਹੀ ਕਾਫੀ ਲੋ ਲਾਈ ਕਰ ਰਹੇ ਨੇ। SGPC ਵੱਲੋਂ ਪੋਰਟਰੇਟ ਇੰਸਟਾਲ ਕੀਤਾ ਗਿਆ ਤੇ ਉਸ ਤੋਂ ਬਾਅਦ ਕਿਸਮ ਦੀ ਡਿਬੇਟ ਸ਼ੁਰੂ ਹੋਈ। ਆਖਿਰ ਭਿੰਡਰਾਂਵਾਲੇ ਸੀ ਕੀ ਉਹ ਇੱਕ ਸੰਤ ਜੋ ਕਿ ਉਹਨਾਂ ਦੇ ਟਾਈਟਲ ਨਾਂ ਦੇ ਅੱਗੇ ਪਹਿਲੇ ਲਾਇਆ ਜਾਂਦਾ ਰਿਹਾ, ਜਾਂ ਉਹ ਅੱਤਵਾਦੀ ਜਿਸ ਨਜ਼ਰ ਨਾਲ ਪੂਰੀ ਦੁਨੀਆ ਨੇ ਜਾਂ ਪੂਰੇ ਹਿੰਦੁਸਤਾਨ ਨੇ ਘੱਟੋ ਘੱਟ ਉਹਨਾਂ ਨੂੰ ਦੇਖਿਆ, ਜੇ ਆਪਾਂ ਪੰਜਾਬ ਨੂੰ ਇੱਕ ਵੱਖਰੀ ਯੂਨਿਟ ਦੇ ਰੂਪ ਵਿੱਚ ਵੀ ਉਸ ਪੁਆਇੰਟ ਆਫ ਵਿਊ ਨਾਲ ਦੇਖੀਏ। ਅੱਜ ਇਸ ਗੱਲ ਤੇ ਗੱਲਬਾਤ ਕਰਾਂਗੇ ਕਿ ਵੱਡਾ ਕਿਰਦਾਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦਾ ਕੀ ਸੀਗਾ। ਸਾਡੇ ਨਾਲ ਇਸ ਮੁੱਦੇ ਤੇ ਗੱਲਬਾਤ ਕਰਨ ਲਈ ਪ੍ਰੋਫੈਸਰ ਬਲਵੰਤ ਜੀ ਮੌਜੂਦ ਨੇ, ਜੋ ਕਿ ਸਕੱਤਰ ਹੈਗੇ ਨੇ ਕਮਿਊਨਿਸਟ ਪਾਰਟੀ ਮਾਰਕਸਿਸਟ ਪੰਜਾਬ ਯੂਨਿਟ ਦੇ। ਇਹਨਾਂ ਨਾਲ ਸਾਡੇ ਬੈਠੇ ਨੇ ਅੱਜ ਪੈਨਲ ਵਿੱਚ ਭਾਈ ਮੋਹਕਮ ਸਿੰਘ, ਜੋ ਕਿ ਦਮਦਮੀ ਟਕਸਾਲ ਦੇ ਸੀਨੀਅਰ ਆਗੂ ਨੇ ਤੇ ਕਨਵੀਨਰ ਹੈਗੇ ਨੇ ਖਾਲਸਾ ਐਕਸ਼ਨ ਕਮੇਟੀ ਦੇ, ਤੇ ਗੁਰਚਰਨਜੀਤ ਸਿੰਘ ਲਾਂਬਾ ਸਾਹਿਬ ਐਡੀਟਰ ਸੰਤ ਸਿਪਾਹੀ, ਪੂਰੇ ਮਾਮਲੇ ਦਾ ਵਿਸ਼ਲੇਸ਼ਣ ਕਰਨ ਲਈ ਅੱਜ ਸਾਡੇ ਨਾਲ ਮੌਜੂਦ ਨੇ। ਸ਼ੁਰੂਆਤ ਕਰਾਂਗੇ, ਭਿੰਡਰਾਂਵਾਲੇ ਨੂੰ ਸ਼ਹੀਦ ਕਰਾਰ ਦਿੱਤਾ ਗਿਆ ਕੁਝ ਸਾਲ ਪਹਿਲਾਂ, ਹੁਣ ਉਹਨਾਂ ਦਾ ਪੋਰਟਰੇਟ ਲਾਇਆ ਗਿਆ। ਕਾਂਗਰਸ ਨੇ ਸ਼ੁਰੂਆਤ ਵਿੱਚ ਤੇਵਰ ਦਿਖਾਏ, ਲੇਕਿਨ ਹੁਣ ਉਹ ਬੈਕਫੁੱਟ ਤੇ ਇੱਕ ਤਰੀਕੇ ਨਾਲ ਕਿਤੇ ਨਾ ਕਿਤੇ ਨਜ਼ਰ ਆ ਰਹੇ ਨੇ। ਕੋਈ ਪ੍ਰਮੁੱਖ ਸਿਆਸੀ ਪਾਰਟੀ ਇਸ ਮੁੱਦੇ ਦੀ ਗੱਲ ਨਹੀਂ ਕਰਨਾ ਚਾਹੁੰਦੀ, ਲੇਕਿਨ ਅੱਜ ਦੀ ਤਰੀਕ ਵਿੱਚ ਇੱਕ ਦੁਚੇਤੀ ਹੈ ਇੱਕ ਬਹੁਤ ਵੱਡੇ ਸਮਾਜ ਦੇ ਵਿੱਚ। ਉਹ ਭਾਵੇਂ ਇੱਕ ਸਿੱਖ ਸਮਾਜ ਨਾ ਹੋਵੇ, ਲੇਕਿਨ ਹਿੰਦੁਸਤਾਨ ਦੀ ਜਨਤਾ ਜਾਣਨਾ ਚਾਹੁੰਦੀ ਵੀ ਭਿੰਡਰਾਂਵਾਲੇ ਨੂੰ ਕੀ ਟ੍ਰੀਟ ਕੀਤਾ ਜਾਣਾ ਚਾਹੀਦਾ। ਮੇਰੇ ਖਿਆਲ ਵਿੱਚ ਕਾਂਗਰਸ, ਭਾਜਪਾ, ਅਕਾਲੀ ਜਾਂ ਇਹ ਕਾਮਰੇਡ ਜਾਂ ਜੋ ਵੀ ਪਾਰਟੀਆਂ ਹੈ, ਇਹਨਾਂ ਨੂੰ ਇਹਦੇ ਵਿੱਚ ਵਿਖਾਉਣਾ ਵੀ ਇਹ ਕੀ ਕਹਿ ਰਹੀਆਂ ਕੀ ਨਹੀਂ, ਇਹ ਗਲਤ ਵੈਸੇ ਮੂਲੋਂ ਹੀ ਗਲਤ ਹੈ, ਔਰ ਇਹਨਾਂ ਦਾ ਵਿੱਚ ਇਹਦੀ ਦਖਲਦਾਜੀ ਜਾਂ ਇਹਨਾਂ ਦੀ ਸੋਚ ਵੈਸੇ ਹੀ ਗਲਤ ਹੈ। ਇਹ ਹੈਗਾ ਜੀ ਸਿੱਖਾਂ ਦਾ ਅੰਦਰੂਨੀ ਮਸਲਾ, ਸਿੱਖ ਕੌਮ ਦਾ ਧਾਰਮਿਕ ਮਾਮਲਾ, ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਜਿਹੜੀਆਂ ਉਹਦੇ ਨਾਲ ਜੁੜੀਆਂ ਹੋਈਆਂ ਨੇ, ਔਰ ਉਸ ਵਿਅਕਤੀ ਨੇ ਕਣਖ ਗੈਰ ਤੇ ਰਹਿੰਦੇ ਹੋਇਆਂ ਹਰਿਮੰਦਰ ਸਾਹਿਬ ਦੇ ਅੰਦਰ ਆਪਣੀ ਸ਼ਹਾਦਤ ਦਿੱਤੀ ਹੈ। ਅੰਦਰੂਨੀ ਮਾਮਲੇ ਦਾ ਮਤਲਬ ਮੈਂ ਜਾਣਨਾ ਚਾਹਾਂਗਾ, ਉਹ ਕੀ ਆਪਾਂ ਇਹ ਕਹੀ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖਾਂ ਲਈ ਸ਼ਹੀਦ ਸੀ ਤੇ ਹਿੰਦੁਸਤਾਨ ਦੇ ਹੋਰ ਧਰਮਾਂ ਤੇ ਹੋਰ ਸੂਬਿਆਂ ਲਈ ਉਹ ਇੱਕ ਅੱਤਵਾਦੀ ਸੀ? ਆਪਾਂ ਕਿਹਨਾਂ ਕਹਿੰਦੇ ਆਪਾਂ ਜਦੋਂ ਇਸ ਨੂੰ ਆਪਾਂ ਇੰਡੀਵਿਜੁਅਲਾਈਜ਼ ਕਰ ਲੈਂਦੇ, ਦੋ ਗੱਲਾਂ ਕਰ ਰਹੇ ਨੇ ਇੰਟਰਨਲ ਮੈਟਰ ਹੈ। ਦੇਖੋ, ਦੋ ਗੱਲਾਂ, ਜਿੱਥੋਂ ਤੱਕ ਤਾਂ ਸੰਤ ਜਰਨੈਲ ਸਿੰਘ ਇੱਕ ਸਿੱਖ ਹੈ, ਉੱਥੋਂ ਤੱਕ ਸਿੱਖਾਂ ਵਾਸਤੇ ਉਹ ਇੱਕ ਬਹੁਤ ਵੱਡੀ ਚੀਜ਼ ਹੈ। ਜਿੱਥੋਂ ਤੱਕ ਬਾਕੀ ਦੇ ਹਿੰਦੁਸਤਾਨ ਦੇ ਲੋਕ ਨੇ, ਉਹਨਾਂ ਤੱਕ ਜਿਵੇਂ ਜਿਵੇਂ ਸਮਾਂ ਆਏਗਾ ਜਦੋਂ ਉਹਦੀ ਚੰਗੀ ਤਰ੍ਹਾਂ ਪੜਚੋਲ ਕਰਨਗੇ, ਉਹ ਖੋਜਣਗੇ, ਔਰ ਉਹ ਸੋਚਣਗੇ ਕਿ ਉਸ ਸਮੇਂ ਪਾਰਟੀਆਂ ਦਾ ਰੋਲ ਗਲਤ ਸੀ, ਸੰਤ ਜਰਨੈਲ ਸਿੰਘ ਦਾ ਰੋਲ ਠੀਕ ਸੀ। ਦੇਖੋ, ਸੰਤ ਜਰਨੈਲ ਸਿੰਘ ਨੇ ਜਿਹੜਾ ਉਸ ਸਮੇਂ ਰੋਲ ਅਦਾ ਕੀਤਾ, ਅੱਜ ਅਸੀਂ ਜਿਹੜੀਆਂ ਮੰਗਾਂ ਸਨ, ਰੇਡੀਓ ਸਟੇਸ਼ਨ ਲਾ ਦਿਓ ਜੀ, ਉਹ ਕਰ ਦਿਓ, ਵੱਧ ਅਧਿਕਾਰ ਦੇ ਦਿਓ, ਪਾਣੀਆਂ ਦੀ ਗੱਲ, ਆਨੰਦਪੁਰ ਦੇ ਮਤੇ ਦੀ ਇਹੀ ਗੱਲਾਂ ਸੀ। ਉਹੀ ਆਨੰਦਪੁਰ ਦਾ ਮਤਾ ਜਿਹਨੂੰ ਰਾਜੀਵ ਲੌਂਗੋਵਾਲ ਸਮਝੌਤੇ ਵਿੱਚ ਲੈ ਕੇ ਆਉਂਦਾ, ਉਹੀ ਮਤਲਬ ਅੱਜ ਰੇਡੀਓ TV ਜਿਹੜੇ ਘਰ ਘਰ ਲੱਗੇ ਹੋਏ ਨੇ। ਜੇ ਉਸ ਬੰਦੇ ਦੀ ਸੋਚ ਸਾਡੇ ਤੋਂ ਅੱਗੇ ਸੀ ਤੇ ਅਸੀਂ ਇਹ ਨਹੀਂ ਸੀ ਉਹਦੇ ਨਾਲ ਗੱਲਬਾਤ ਕਰਕੇ ਉਹਨਾਂ ਮਸਲੇ ਨੂੰ ਹੱਲ ਕਰਨ ਦੀ ਗੱਲ ਕਰਦੇ, ਬਲਕਿ ਅਸੀਂ ਤੋਪਾਂ ਟੈਂ ਚੜਾ ਦਿੱਤੇ। ਮੈਂ ਬਿਲਕੁਲ ਪ੍ਰੋਫੈਸਰ ਸਾਹਿਬ ਨਾਲ, ਬਲਵੰਤ ਜੀ ਨਾਲ ਸਹਿਮਤ ਹਾਂ, ਜਿਹੜੀ ਇਹਨਾਂ ਨੇ ਗੱਲ ਕਹੀ, ਕੋਈ ਐਸੀ ਗੱਲ ਨਹੀਂ ਕਰਨੀ ਚਾਹੀਦੀ ਜਿਹਦੇ ਨਾਲ ਕੋਈ ਕੰਟਰੋਵਰਸੀ ਹੋਏ, ਜਿਹੜੀ ਚੀਜ਼ ਵਿਵਾਦ ਪੈਦਾ ਕਰੇ। ਪਰ ਵੇਖਣ ਵਾਲੀ ਗੱਲ ਇਹ ਹੈ, ਬਹੁਤ ਇੰਪੋਰਟੈਂਟ ਹੈ, ਕਿ ਜਦੋਂ ਗੁਰੂ ਨਾਨਕ ਦੇਵ ਜੀ ਨੇ 3 ਅਸੂਲ ਦਿੱਤੇ, ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਜਦੋਂ ਇਹ ਅਸੂਲ ਦਿੱਤੇ ਔਰ ਜਿਹਨਾਂ ਨੂੰ ਇਸ ਅਸੂਲ ਨਾਲ ਤਕਲੀਫ ਹੋਈ, ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਵੀ ਕੈਦ ਕੀਤਾ, ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਵੀ ਸ਼ਹੀਦ ਕੀਤਾ, ਉਹਨਾਂ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ।
ਇਹਦਾ ਮਤਲਬ ਹੈਗਾ ਕਿ ਅਮਨ ਤਾਂ ਹੁੰਦਾ ਜੇ ਸਰਕਾਰ ਦੀ ਸਾਰੀ ਗੱਲ ਮੰਨੀ ਜਾਏ। ਜਿਹੜੀ ਚੀਜ਼ ਸਰਕਾਰ ਨੂੰ ਚੰਗੀ ਨਾ ਲੱਗੇ, ਭਾਵੇਂ ਉਹ ਕਿਸੇ ਦਾ ਡਰੈਸ ਹੋਏ, ਭਾਵੇਂ ਕਿਸੇ ਦੇ ਪੂਜਾ ਦਾ ਸਾਧਨ ਹੋਏ, ਭਾਵੇਂ ਕਿਸੇ ਦੇ ਵਿਧਾਨ ਹੋਏ, ਭਾਵੇਂ ਕਿਸੇ ਦੀ ਸਵਾਰੀ ਕਰਨਾ ਹੋਏ, ਉਹਨਾਂ ਨੂੰ ਉਸ ਜਿਹੜੀ ਹੈਗੀ ਹੈ ਪੋਲੀਟਿਕਸ ਨਜ਼ਰ ਆਉਂਦੀ ਹੈ, ਉਹ ਸ਼ਾਂਤੀ ਦੇ ਵਿੱਚ ਭੰਗ। ਗੁਰਅਰਜਨ ਦੇਵ ਜੀ ਬਾਰੇ, ਹਰਿਮੰਦਰ ਸਾਹਿਬ ਦੇ ਬਾਰੇ ਇਹ ਕਿਹਾ ਗਿਆ ਜਹਾਂਗੀਰ ਵੱਲੋਂ ਕਿ ਇਹ ਦੁਕਾਨ ਇਹ ਬਾਤਲ ਹੈ, ਝੂਠ ਦੀ ਦੁਕਾਨ ਹੈ। ਔਰ ਇਹ ਵੀ ਸਹੀ ਹੈ ਕਿ ਇਸ ਸਦੀ ਦੇ ਵਿੱਚ ਵੀ ਸ਼ੁਰੂ ਦੇ ਵਿੱਚ ਆਜ਼ਾਦੀ ਦੇ ਬਾਅਦ ਇਹ ਕਿਹਾ ਗਿਆ ਇੱਕ ਪਾਰਟੀ ਵੱਲੋਂ ਕਿ ਜੇ ਹਿੰਦੁਸਤਾਨ ਦਾ ਮਸਲਾ ਹੱਲ ਕਰਨਾ ਹੈ ਫੂਡ ਪ੍ਰੋਬਲਮ, ਤੇ ਹਰਿਮੰਦਰ ਸਾਹਿਬ ਵਿੱਚ ਝੋਨਾ ਬੀਜ ਦਿੱਤਾ ਜਾਏ। ਇਹਦਾ ਮਤਲਬ ਇਹ ਹੋ ਗਿਆ ਕਿ ਹਰਿਮੰਦਰ ਸਾਹਿਬ ਨੂੰ ਕੈਰੀ ਅੱਖ ਨਾਲ ਦੇਖਿਆ ਜਾਂਦਾ ਹੈ। ਜੇ ਇਹ ਧਰਮ ਦੀ ਗੱਲ ਵਿੱਚੋਂ ਖਤਮ ਕਰ ਦਿੱਤੀ ਜਾਏ ਤੇ ਫਿਰ ਠੀਕ ਹੈ, ਪਰ ਜੇ ਸਰਕਾਰ, ਇਹਦਾ ਮਤਲਬ ਇਹ ਧਰਮ ਦਾ ਮਾਮਲਾ ਸੀ। ਔਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾ ਇੱਕ ਧਰਮ ਦੇ ਆਈਕੋਨ ਹੈ। ਬਾਬਾ ਦੀਪ ਸਿੰਘ ਧਰਮ ਦੀ ਖਾਤਰ ਸ਼ਹੀਦ ਹੋਏ, ਬਾਬਾ ਗੁਰਬਖਸ਼ ਸਿੰਘ ਧਰਮ ਦੀ ਖਾਤਰ ਸ਼ਹੀਦ ਹੋਏ, ਹਰਿਮੰਦਰ ਸਾਹਿਬ ਦੀ ਰਾਖੀ ਲਈ ਦੋਨੋਂ ਸ਼ਹੀਦ ਹੋਏ। ਔਰ ਇਹਨਾਂ ਦੋਨਾਂ ਦੀ ਯਾਦਗਾਰਾਂ ਹਰਿਮੰਦਰ ਸਾਹਿਬ ਦੇ ਵਿੱਚ ਹੈ। ਸੰਤ ਜਰਨੈਲ ਸਿੰਘ ਉਸੇ ਟਕਸਾਲ ਦੇ ਵਿੱਚ, ਦੁਬਾਰਾ ਵਾਂਗਾ ਤੁਹਾਡੀ ਗੱਲ ਬੜੀ ਇੰਪੋਰਟੈਂਟ ਹੈ। ਸਰਕਾਰਾਂ ਦੇ ਰੋਲ ਕਾਫੀ ਜ਼ਿਆਦਾ ਅਹਿਮ ਰਹੇ ਨੇ, ਉਦੋਂ ਵੀ ਰਹੇ ਜਦੋਂ ਕਿ ਇਹ ਪੂਰਾ ਘਟਨਾਕ੍ਰਮ ਚੱਲਦਾ ਪਿਆ ਸੀ, ਅੱਜ ਵੀ ਜਦੋਂ ਪੂਰਾ ਘਟਨਾਕ੍ਰਮ ਚੱਲ ਰਿਹਾ ਆ, ਸ਼ਾਇਦ ਇਸ ਨੂੰ ਓਨੀ ਤਰਜੀਹ ਨਹੀਂ ਦਿੱਤੀ ਜਾ ਰਹੀ। ਲੇਕਿਨ ਵੱਡਾ ਸਵਾਲ ਉਹੀ ਹੈ ਵੀ ਲੋਕਾਂ ਦੀ ਸਾਈਕੀ, ਸਿੱਖਾਂ ਦੀ ਸਾਈਕੀ ਹੀ ਨਹੀਂ ਬਲਕਿ ਹਿੰਦੂ ਜਾਂ ਉਹ ਸਾਰੇ ਵਰਗ ਜੋ ਕਿ ਕਿਤੇ ਨਾ ਕਿਤੇ ਇਸ ਘਟਨਾਕ੍ਰਮ ਨੂੰ ਦੇਖਦੇ ਨੇ ਜਾਂ ਇਸ ਦੇ ਬਾਰੇ ਆਪਣੀ ਇੱਕ ਰਾਏ ਬਣਾਉਂਦੇ ਨੇ, ਉਹਨਾਂ ਲਈ ਜਾਣਨਾ ਬਹੁਤ ਜ਼ਰੂਰੀ ਹੈ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਰੋਲ ਕੀ ਸੀ, ਉਹ ਕੀ ਸ਼ਖਸੀਅਤ ਸਨ, ਤੇ ਉਹਨਾਂ ਦੇ ਰੋਲ ਨੂੰ ਕਿਸ ਤਰੀਕੇ ਨਾਲ, ਕਿਸ ਲਾਈਟ ਦੇ ਵਿੱਚ ਐਕਸਪਲੇਨ ਕੀਤਾ ਜਾ ਸਕਦਾ। ਇੱਕ ਛੋਟਾ ਜਿਹਾ ਬ੍ਰੇਕ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ। We are here for Walt Milano. Stay in the back and until you've learned to beg. Let me show you how. First, the flower. The butter. And then chocolate. And after that. Milano, what have you done to my bakery? Did you make this? Would you like to make this for me every day? Okay. ਜੇ ਕੋਈ ਸ਼ਰਾਬ ਦੀ ਫੈਕਟਰੀ ਲਾਵੇ ਉਹਦੇ ਵਾਸਤੇ ਸਟੰਟ ਦੀ ਮਾਫ। ਅੱਜ ਦਾ ਖੁਲਾਸਾ ਹੋਇਆ, ਤੁਹਾਡੇ ਚੈਨਲ ਨੇ ਕੀਤਾ। ਇੱਕ ਆਦਮੀ ਹੱਥ ਖੜਾ ਕਰਕੇ ਇਹ ਗੱਲ ਕਹਿ ਦੇਵੇ ਆ ਕੇ ਕਿ ਕਿਸੇ ਆਦਮੀ ਨੂੰ ਮੈਰਿਟ ਤੋਂ ਬਿਨਾਂ ਨੌਕਰੀ ਦਿੱਤੀ ਹੈ। ਸਾਡਾ ਬਹੁਤ ਵੱਡਾ ਜ਼ੋਰ ਲੋਕਾਂ ਨੂੰ ਚੇਤਨ ਕਰਨ ਤੇ ਜ਼ਰੂਰ ਹੈ। ਵੇਖੋ ਖਬਰਸਾਰ ਹਰ ਬੁੱਧਵਾਰ ਰਾਤੀ 9 ਵਜੇ ਸਿਰਫ ਜ਼ੀ ਪੰਜਾਬੀ ਤੇ। ਮੈਨੂੰ ਬਹੁਤ ਕੁਝ ਚੇਤੇ ਆਇਆ, ਯਾਦਾਂ ਦੀ ਪੰਡ ਫੋਲਦੇ ਆ ਚੇਤੇ ਆਇਆ, ਮਾਂ ਦੇ ਹੱਥੋਂ ਸ਼ੱਕਰ ਦੀ ਚੂਰੀ ਲੈ ਕੇ ਜਾਣਾ, ਜਦ ਵੀਰੇ ਹੱਥ ਰੱਖੜੀ ਬੰਨਣੀ ਉਸ ਸੋਧਾ ਨੋਟ ਫੜਾਣਾ, ਪਿਪਲੀ ਪੀਂਘਾ ਛੂਟਦਿਆਂ ਬਚਪਨ ਦਾ ਤੁਰ ਜਾਣਾ, ਮੈਨੂੰ ਚੇਤੇ ਆਇਆ ਤੇਰਾ ਰੁਸਣਾ ਤੇ ਫਿਰ ਮੇਰਾ ਮਨਾਉਣਾ, ਜ਼ਿੰਦਗੀ ਦੇ ਖੂਬਸੂਰਤ ਜਿਹੇ ਪਲ ਮੇਰੇ ਰਾਹੀਂ ਯਾਨੀ ਨੂਰ ਰਾਹੀਂ ਪਿਆਰ ਨਾਲ। ਵੇਖੋ ਪਿਆਰ ਨਾਲ ਹਰ ਵੀਰਵਾਰ ਰਾਤੀ 9 ਵਜੇ ਸਿਰਫ ਜ਼ੀ ਪੰਜਾਬੀ ਤੇ। ਗੁਫ਼ਤਗੂ ਮੈਂ ਆਪਕਾ ਇਸਤਕਬਾਲ ਹੈ। ਮੈਂ ਆਪਣੇ ਅਹਿਸਾਸ ਕਾ ਇਜ਼ਹਾਰ ਕਰਨੇ ਮੈਂ ਕਹੀਂ ਪਰ ਕੁਛ ਛੋੜਤਾ ਨਹੀਂ। ਬੇਸਿਕ ਇੰਸਟਿੰਕਟ ਹੋਤਾ ਆਰਟਿਸਟ ਬਣਨੇ ਕੇ ਲੀਏ ਵੋ ਬਚਪਨ ਸੇ ਹੀ ਥਾ ਮੇਰੇ ਮੇਂ। ਪੁੱਛਣਾ ਕੈਸੇ ਸ਼ਰਮਾਤੀ
ये लगना चाहिए कश्मीर थिएटर है, कश्मीर ड्रामा अलग है कश्मीर थिएटर वाला। प्रेम कविताएं मैंने बुढ़ापे में लिखी है, लेकिन बचपन में मैंने आक्रोश की कविताएं लिखी। मेन आइडियल मेरे वो तो नुसरत अली खान साहब ही हैं। यार तेरी अखियों में प्यार की मस्तियां। गुफ्तगू देखिए थर्सडे शाम 6 बजे सिर्फ सी कश्मीर पर। ਸਾਡੀ ਗੱਲਬਾਤ ਚੱਲਦੀ ਪਈ ਹੈ ਇੱਕ ਪੋਰਟਰੇਟ ਵਿਵਾਦ ਜੋ ਕਿ ਹਾਲ ਵਿੱਚ ਆਇਆ, ਸੰਤ ਜਰਨੈਲ ਸਿੰਘ ਬਿਡਰਾਲਾ ਦਾ ਪੋਰਟਰੇਟ ਲਗਾਇਆ ਜਾਣਾ, ਇਸ ਨੂੰ ਲੈ ਕੇ ਥੋੜ੍ਹਾ ਜਿਹਾ ਹੋ ਹੱਲਾ ਮੱਚਦਾ। ਉਸ ਤੋਂ ਬਾਅਦ ਸਾਰੀ ਪੋਲੀਟੀਕਲ ਪਾਰਟੀਆਂ ਸ਼ਾਂਤ ਹੋ ਕੇ ਬਹਿ ਜਾਂਦੀਆਂ ਨੇ ਪਿੱਛੇ, ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਕਨਫਿਊਜ਼ਨ ਹਮੇਸ਼ਾ ਹੀ ਰਹੀ ਹੈ ਵੀ ਸੰਤ ਜਰਨੈਲ ਸਿੰਘ ਬਿਡਰਾਲਾ ਉਹ ਸੰਤ ਜਰਨੈਲ ਸਿੰਘ ਬਿਡਰਾਲਾ ਜਿਹਨੂੰ ਸਿਆਸਤਦਾਨ ਹੀ ਕਿਸੇ ਸਮੇਂ ਅੱਤਵਾਦੀ ਵੀ ਕਹਿੰਦੇ ਰਹੇ, ਜਿਸਨੂੰ ਇੱਕ ਸਮੇਂ ਸਮੇਂ 'ਚ ਸਰਕਾਰਾਂ ਨੇ ਹੀ ਵੱਖਰੇ ਅੰਦਾਜ਼ ਵਿੱਚ ਪੇਸ਼ ਕੀਤਾ। ਅੱਜ ਦੀ ਤਰੀਕ ਵਿੱਚ ਇੱਕ ਸ਼ਹੀਦ ਵੀ ਕਰਾਰ ਦਿੱਤਾ ਜਾ ਚੁੱਕਿਆ ਹੈ ਉਹਨਾਂ ਨੂੰ, ਅਤੇ ਅੱਜ ਦੀ ਤਰੀਕ ਵਿੱਚ ਕਮਿਊਨਿਟੀ ਕੁਛ ਹੋਰ ਚਾਹ ਰਹੀ ਹੈ, ਅਤੇ ਜਿਹੜੀ ਇਤਿਹਾਸ ਦੇ ਵਿੱਚ ਜੇ ਉਸ ਉਹਨਾਂ ਦੇ ਪ੍ਰਤੀ ਜਿਹੜੀ ਸ਼ਬਦਾਵਲੀ ਵਰਤੀ ਗਈ ਹੈ ਉਹ ਕੁਛ ਹੋਰ ਹੈਗੀ ਹੈ, ਯਾਨੀ ਕਿ ਕਨਫਿਊਜ਼ਨ ਅੱਜ ਵੀ ਲੋਕਾਂ ਦੇ ਦਿਮਾਗ 'ਚ। ਭਾਈ ਮੋਕਮ ਸਿੰਘ ਸਾਡੇ ਨਾਲ ਬੈਠੇ ਨੇ। ਭਾਈ ਮੋਕਮ ਸਿੰਘ ਜੀ, ਇਹ ਦੱਸੋ ਵੀ ਡੈਫੀਨੇਸ਼ਨ ਆਪਾਂ ਜੇ ਕਹੀਏ ਵੀ ਤੁਹਾਡੇ ਹਿਸਾਬ ਨਾਲ ਪੂਰਾ ਮਸਲਾ ਕਾਫੀ ਜ਼ਿਆਦਾ ਕਲੀਅਰ ਹੈ, ਲੇਕਿਨ ਪ੍ਰੋਫੈਸਰ ਸਾਹਿਬ ਨੇ ਕਿਹਾ ਵੀ ਫਿਲੋਸਫੀ ਉਹਨਾਂ ਦੀ ਹੈ ਜੋ ਉਹਨਾਂ ਦੀ ਸੋਚ ਸੀ, ਜਾਂ ਜਿਸ ਕਿਸਮ ਦਾ ਉਹਨਾਂ ਨੇ ਐਗਜੀਕਿਊਟ ਕੀਤੀ ਸੋਚ, ਉਹਦੇ ਨਾਲ ਕਦੇ ਵੀ ਉਸਨੂੰ ਜਸਟੀਫਾਈ ਨਹੀਂ ਕੀਤਾ ਜਾ ਸਕਦਾ। ਘੱਟੋ ਘੱਟ ਕੁਛ ਵਰਗ ਜਸਟੀਫਾਈ ਨਹੀਂ ਕਰਨਗੇ, ਉਹ ਵਾਲੇ ਵਰਗਾਂ ਦੀ ਮੈਂ ਗੱਲ ਕਰ ਰਿਹਾ ਜਿਨ੍ਹਾਂ ਦੇ ਲੋਕ ਮਾਰੇ ਗਏ ਅੱਤਵਾਦ ਦੇ ਖਿਲਾਫ, ਜਿਹੜੀ ਲੜਾਈ ਲੜੀ ਗਈ ਉਸ ਵਿੱਚ ਪੁਲਿਸ ਵਾਲਿਆਂ ਦੇ ਪਰਿਵਾਰ ਮਾਰੇ ਗਏ, ਅਤੇ ਅੱਜ ਦੀ ਤਰੀਕ ਵਿੱਚ ਆਪਾਂ ਜੇ ਉਹ ਸ਼ਖਸੀਅਤ ਨੂੰ ਸ਼ਹੀਦ ਕਹਿੰਦੇ ਆ ਜੋ ਕਿ ਉਸ ਲੜਾਈ ਦੀ ਸਰਮਾਇੰਦਗੀ ਕਰ ਰਹੇ, ਸਰਪ੍ਰਸਤੀ ਕਰ ਰਹੇ ਸਨ, ਤਾਂ ਉਹ ਪਰਿਵਾਰਾਂ ਆਪਣੇ ਆਪ ਨਾਲ ਧੋਖਾ ਜ਼ਰੂਰ ਮਹਿਸੂਸ ਕਰਨਗੇ। ਇਸ ਗੱਲ ਨਾਲ ਤੁਸੀਂ ਕਿੰਨਾ ਕੁ ਸਹਿਮਤ ਹੋ? ਦੇਖੋ ਜੀ, ਜਿੱਥੋਂ ਸੰਤ ਜਰਨੈਲ ਸਿੰਘ ਦੀ ਗੱਲ ਦਾ ਸੰਬੰਧ ਹੈ ਨਾ, ਏਕਤਾ ਦੀ ਗੱਲ ਕਰਦੇ, ਏਕਤਾ ਅਖੰਡਤਾ ਦੀ, ਔਰ ਏਕਤਾ ਚਾਹੁੰਦਾ ਸੀ ਔਰੰਗਜ਼ੇਬ ਵੀ ਹਿੰਦੁਸਤਾਨ 'ਚ ਇੱਕ ਹੀ ਧਰਮ ਹੋਏਗਾ ਇਸਲਾਮ, ਬਾਕੀ ਸਾਰੇ ਨੇ ਉੱਥੇ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਹੋਰ ਜਿਨ੍ਹਾਂ ਨੇ ਇਸ ਵਿੱਚ ਕੁਰਬਾਨੀ ਕੀਤੀਆਂ ਨੇ, ਉਹਨਾਂ ਨੇ ਏਕਤਾ ਨਹੀਂ ਗੱਲ, ਉਹਨਾਂ ਕਿਹਾ ਵੀ ਇੱਥੇ ਅਨੇਕਤਾ 'ਚ ਏਕਤਾ ਹੋਣੀ ਚਾਹੀਦੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜਾਪ ਸਾਹਿਬ ਕਹਿੰਦੇ ਅਨੇਕ ਹੈ ਫਿਰ ਏਕ ਹੈ, ਯਾਨੀ ਕਿ ਅਨੇਕਤਾ 'ਚ ਏਕਤਾ ਦੀ ਗੱਲ ਤਾਂ ਚੱਲ ਸਕਦੀ ਹੈ, ਜੇ ਕੋਈ ਜ਼ਬਰਦਸਤੀ ਕਹੇ ਵੀ ਸਿੱਖ ਧਰਮ ਜਿਹੜਾ ਇਹਨੂੰ ਕੁਚਲ ਕੇ ਇਹਨੂੰ ਖਤਮ ਕਰਕੇ ਸਮਾਪਤ ਕਰਕੇ ਏਕਤਾ ਕਰਨੀ, ਇਹੋ ਜਿਹੀ ਏਕਤਾ ਅਖੰਡਤਾ ਜਿਹੜੀ ਹੈ ਉਹ ਦੇਸ਼ ਲਈ ਵੀ, ਸਮਾਜ ਲਈ, ਵਿਅਕਤੀਆਂ ਲਈ ਵੀ ਘੱਟ ਹੈ। ਦੂਸਰੀ ਗੱਲ ਜਿਹੜੀ ਤੁਸੀਂ ਪੁੱਛੀ ਹੈ, ਦੂਸਰੀ ਜਿਹੜੀ ਉਹ ਪਰਿਵਾਰਾਂ ਦਾ ਕੀ ਜਿਨ੍ਹਾਂ ਦੇ ਲੋਕ ਮਾਰੇ ਗਏ ਉਸੇ ਲੜਾਈ ਦੇ ਵਿੱਚ, ਅੱਜ ਅਸੀਂ ਉਹਨਾਂ ਨੂੰ ਸ਼ਹੀਦ ਕਹਿ ਕੇ ਉਹ ਪਰਿਵਾਰਾਂ ਨੂੰ ਕਿਵੇਂ ਜਵਾਬ ਜਸਟੀਫਾਈ ਕਰਾਂਗੇ ਜਿਹੜਾ ਅੱਤਵਾਦ ਦੇ ਇਹਨਾਂ ਜਵਾਬ ਮੈਂ ਦੇ ਰਿਹਾ। ਜੇ ਇਹ ਗੱਲ ਕਹੋਗੇ ਤਾਂ ਅਸੀਂ ਇਹ ਗੱਲ ਕਹਿੰਦੇ ਹਾਂ ਵੀ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ, ਰਾਜੀਵ ਗਾਂਧੀ ਨੇ ਉੱਥੇ ਦਿੱਲੀ ਦੇ ਵਿੱਚ ਹੋਰ ਸ਼ਹਿਰ ਦੇਸ਼ ਵਿੱਚ ਇੱਕ ਕਤਲੇਆਮ ਕੀਤੀ, ਸੁਪਰੀਮ ਕੋਰਟ ਦੇ ਜੱਜ, ਹਾਈਕੋਰਟ ਦੇ ਜੱਜ ਕੰਨਾਂ ਨੂੰ ਵਿੱਚ ਰੂੰ ਪਾ ਕੇ ਅੱਖਾਂ ਦੇ ਬੰਦ ਕਰਕੇ ਬੈਠੇ ਰਹੇ, ਤੇ ਕੀ ਮਤਲਬ ਉਹਨਾਂ ਲੋਕਾਂ ਨੂੰ ਕੀ ਕਿਹਾ ਜਾਵੇ? ਉਹ ਖਲਨਾਇਕ ਨਹੀਂ ਤਾਂ ਕੀ ਨੇ? ਉਹਨਾਂ ਨੂੰ ਕਦੀ ਉਪਾਧੀ ਵੀ ਨਹੀਂ ਨਾ ਦਿੱਤੀ ਜਾ ਸਕਦੀ, ਉਹਨਾਂ ਨੂੰ ਕਦੀ ਸਰੋਪਾ ਨਹੀਂ ਪਾਇਆ ਜਾ ਸਕਦਾ ਇਤਿਹਾਸ ਨੂੰ, ਉਹਨਾਂ ਦੇ ਪੋਰਟਰੇਟ, ਉਹਨਾਂ ਦੇ ਪੋਰਟਰੇਟ ਵੀ ਨਹੀਂ ਲੱਗੇ, ਉਹਨਾਂ ਦੇ ਪੋਰਟਰੇਟ ਇੰਦਰਾ ਗਾਂਧੀ ਦੇ ਪਾਰਲੀਮੈਂਟ 'ਚ ਲੱਗੇ, ਉਹ ਲਾਏ ਲਾਏ ਜਾਣੇ ਚਾਹੀਦੇ। ਦਰਬਾਰ ਸਾਹਿਬ ਸਿੱਖਾਂ ਦਾ ਮਸਲਾ ਹੈ, ਕਿੱਥੇ ਹਿੰਦੁਸਤਾਨ ਵਿੱਚ ਤੁਸੀਂ ਲਾ ਸਕਦੇ ਹੋ? ਅਸੀਂ ਨਹੀਂ ਲਾ ਸਕਦੇ। ਮੈਂ ਇਹੀ ਤਾਂ ਜਾਣਨਾ ਚਾਹੁੰਦਾ ਸਿੱਖਾਂ ਦਾ ਮਸਲਾ ਕਿਵੇਂ, ਪੂਰੀ ਕਮਿਊਨਿਟੀ ਨੂੰ ਦੇਖਣਾ ਪਏਗਾ ਨਾ, ਪੂਰਾ ਹਿੰਦੁਸਤਾਨ ਕੀ ਤੁਹਾਡੇ ਲਈ ਉਹ ਲੋਕ ਜਿਹੜੇ ਕਿ ਪੰਜਾਬ ਜਾਂ ਸਿੱਖਾਂ ਤੋਂ ਬਾਹਰ ਵੱਸਦੇ ਨੇ ਉਹ ਲੋਕ ਨਹੀਂ ਹੈ, ਜਾਂ ਉਹਨਾਂ ਦੀ ਸੋਚ ਕਦੇ ਮੈਟਰ ਨਹੀਂ ਕਰਦੀ? ਮੈਂ ਨਾ ਜੀ, ਉਹਨਾਂ ਦੇ ਵਾਸਤੇ ਕੀ ਸਿੱਖ ਲੋਕ ਨਹੀਂ ਗੇ, ਸਿੱਖ ਵਿਅਕਤੀ ਨਹੀਂ ਗੇ? ਨਹੀਂ, ਮੇਰਾ ਸਵਾਲ ਹੈ, ਜਵਾਬ ਦਿਓ, ਸਿੱਖ ਨਹੀਂ ਮਰੇ? ਨਹੀਂ, ਦੇਖੋ ਉਹਨਾਂ ਦੀ ਪਰਸੈਪਸ਼ਨ ਨੂੰ ਚੇਂਜ ਕਰਨਾ ਵੀ ਪਹਿਲੀ ਕਰਨਾ, ਪਹਿਲੀ ਗੱਲ ਅੰਦਰੂਨੀ ਮਾਮਲਾ ਕਹਿੰਦੇ ਕਿਵੇਂ ਚੇਂਜ ਕਰਨਾ? ਅੰਦਰੂਨੀ ਮਾਮਲਾ ਵੀ ਨਹੀਂ ਕਹਿੰਦਾ ਮੈਂ, ਓਪਨਲੀ ਗੱਲ ਕਰਦਾ। ਹਾਂ, ਓਪਨਲੀ ਹੀ ਗੱਲ ਕਰਨੀ ਪੈਣੀ ਹੈ, ਇਹਦਾ ਜਵਾਬ ਨਹੀਂ ਹੈ। ਸੰਤ ਜਰਨੈਲ ਸਿੰਘ ਦੀ ਸ਼ਖਸੀਅਤ ਨੂੰ ਵਾਚਣ ਲੱਗਿਆਂ ਪਹਿਲਾਂ ਸੋਚੋ, ਉਹ ਵਿਅਕਤੀ ਜਿਸ ਦੇ ਉੱਪਰ ਸਾਰੇ ਸਿੱਖਾਂ ਨੇ ਵਿਰੋਧ ਕੀਤਾ, ਆਪਣੇ ਜਿਹੜੇ ਮਿਲੇ ਹੋਏ ਸਰਕਾਰਾਂ ਵੱਲੋਂ ਤਗਮੇ ਜੋ ਕੁਛ ਵੀ ਸੀ ਉਹ ਸਾਰੇ ਪਦੋਂ ਪੁੱਛਦਾ ਸਭ ਵਾਪਸ ਕੀਤੇ। ਜਨ ਸੁਧਾਰ ਨੇ ਭਗਤ ਪੂਰਨ ਸਿੰਘ ਵਰਗੇ ਇੱਕ ਭਗਤ ਤੋਂ ਲੈ ਕੇ ਇੱਕ ਸਿਆਸਤਦਾਨ ਤੋਂ ਲੈ ਕੇ ਇੱਕ ਲਿਖਾਰੀਆਂ ਤੋਂ ਲੈ ਕੇ ਇੱਕ ਫੌਜੀ ਅਫਸਰਾਂ ਤੋਂ ਲੈ ਕੇ ਜਨ ਸੁਧਾਰਨ ਤੱਕ ਬਿੰਦਾ ਜਿਹੜਾ ਉਹ ਬਿਲਕੁਲ ਵਾਪਸ ਕਰਦਾ। ਕੀ ਸਮਝਦੇ ਨਹੀਂ ਤੁਸੀਂ ਵੀ ਸਿੱਖਾਂ ਦੀਆਂ ਭਾਵਨਾਵਾਂ ਨੂੰ ਵੱਡੀ ਠੇਸ ਵੱਜੀ ਹੋਏਗੀ? ਲੱਖੀ ਜੀ, ਮੈਂ ਬੜੇ ਇੰਪੋਰਟੈਂਟ ਇੱਕ ਅਹਿਮ ਛੋਟਾ ਜਿਹਾ ਨੁਕਤਾ ਦੇਣਾ ਚਾਹਾਂਗਾ ਕਿ ਅਸੀਂ ਜਾਂ ਇਸ ਵਿਵਾਦ ਵਿੱਚ ਇਹ ਕਹਿ ਕੇ ਤੁਰਿਆ ਜਾ ਰਿਹਾ ਕਿ ਉਹ ਅੱਤਵਾਦੀ ਸੀ,
ਸਨ ਜਰਨੈਲ ਸਿੰਘ ਟੈਰਰਿਸਟ ਸੀ ਅਸਰ ਕਰੇਗਾ ਜਦੋਂ ਕਿ ਮੀਡੀਆ ਰਾਹੀਂ ਜਦੋਂ ਬਾਰ ਬਾਰ ਪ੍ਰਚਾਰ ਕੀਤਾ ਜਾਏਗਾ ਔਰ ਇਹ ਕਿਹਾ ਜਾਏਗਾ ਕਿ ਉਹਨਾਂ ਦੀਆਂ ਭਾਵਨਾਵਾਂ ਕਿੱਦਾਂ ਹੋਣਗੀਆਂ ਇਹਦਾ ਮਤਲਬ ਮੰਨ ਕੇ ਤੁਰ ਲਿਆ ਕਿ ਉਹ ਕਾਤਲ ਸੀ ਹੁਣ ਸਵਾਲ ਹੈ ਕਿ ਉਹ ਅੱਤਵਾਦੀ ਸੀ ਠੀਕ ਹੈ ਜੀ ਟੈਰਰਿਸਟ ਸੀਗਾ ਟੈਰਰਿਸਟ ਨੂੰ ਗੋਲੀ ਨਾਲ ਉਡਾਇਆ ਜਾ ਸਕਦਾ ਜੇ ਟੈਰਰਿਸਟ ਨੂੰ ਗੋਲੀ ਨਾਲ ਉਡਾ ਤਾਂ ਕੋਈ ਹਰਜ ਨਹੀਂ ਪਰ ਵੇਖਣ ਵਾਲੀ ਚੀਜ਼ ਹੈ ਕਿ ਟੈਰਰਿਸਟ ਹੈ ਕੀ ਚੀਜ਼ ਹੈ ਸਾਡੇ ਮੌਜੂਦਾ ਸੰਵਿਧਾਨੀ ਢਾਂਚੇ ਦੇ ਵਿੱਚ 1947 ਦੇ ਵਿੱਚ ਸਰਕੂਲਰ ਜਾਰੀ ਹੁੰਦਾ ਹੈ ਸਿੱਖ ਉਜੜ ਪੁਜੜ ਕੇ ਆਉਂਦੇ ਹੈ ਸਾਰੇ ਪੰਜਾਬ ਚੋਂ ਇੱਧਰੋਂ ਆਉਂਦੇ ਹੈ ਆਉਂਦੇ ਸਾਰ 10 ਅਕਤੂਬਰ 1947 ਨੂੰ ਇੱਕ ਸਰਕੂਲਰ ਜਾਰੀ ਹੋ ਜਾਂਦਾ ਸਾਰੀ ਸਿੱਖ ਕੌਮ ਜਰਾਇਮ ਪੇਸ਼ਾ ਕੌਮ ਹੈ ਇਹਨੂੰ ਸਖਤੀ ਨਾਲ ਦਬਾ ਦਿੱਤਾ ਜਾਏ ਇਹ ਫੌਜ ਦੇ ਹਵਾਲੇ ਕਰਨ ਤੋਂ ਪਹਿਲੇ ਇੱਕ ਬੜੀ ਅਹਿਮ ਹੈ ਤੁਸੀਂ ਦੇਖੋ ਇਹਨੂੰ ਇਗਨੋਰ ਕੀਤਾ ਗਿਆ ਸਾਰੀਆਂ ਪਾਰਟੀਆਂ ਨੇ ਇਗਨੋਰ ਕੀਤਾ ਨਹੀਂ ਮੈਂ ਨਹੀਂ ਕਹਿ ਰਿਹਾ ਵਿਤਕਰੇ ਦੀ ਨਹੀਂ ਮੈਂ ਕਹਿ ਰਿਹਾ 1975 ਚ ਐਮਰਜੈਂਸੀ ਲੱਗੀ ਥੋੜੀ ਚਿਰ ਲਈ ਸਾਰੀਆਂ ਪਾਰਟੀਆਂ ਨੇ ਵਿਰੋਧ ਕੀਤਾ 1979 ਦੇ ਵਿੱਚ ਪੂਰੇ ਸਿਰਫ ਪੰਜਾਬ ਦੇ ਵਿੱਚ ਹਿੰਦੁਸਤਾਨ ਚੋਂ ਸੰਵਿਧਾਨ ਦੀ ਅਮੈਂਡਮੈਂਟ ਕਰਕੇ ਕਾਨਸਟੀਟਿਊਸ਼ਨ ਅਮੈਂਡਮੈਂਟ ਨਾਲ ਪੰਜਾਬ ਦੇ ਚ ਐਮਰਜੈਂਸੀ ਲਗਾਈ ਜਾਂਦੀ ਹੈ 11 ਸਾਲ ਰਹਿੰਦੀ ਹੈ ਔਰ ਉਸਦੇ ਚ ਕੋਈ ਗੱਲ ਨਹੀਂ ਉਹਦੀ ਕਰਦਾ ਔਰ ਪੰਜਾਬ ਵਿੱਚ ਫੌਜ ਭੇਜਣ ਤੋਂ ਪਹਿਲਾਂ ਇਹ ਕਿਹਾ ਜਾਂਦਾ ਹੈ ਇੱਕ ਸਰਕੂਲਰ ਜਾਰੀ ਕੀਤਾ ਜਾਂਦਾ ਹੈ ਕਿ ਟੈਰਰਿਸਟ ਜਿਹੜੇ ਆ ਇਹਨਾਂ ਨੇ ਪੰਜਾਬ ਤੇ ਕਬਜ਼ਾ ਕਰ ਲਿਆ ਇਹ ਜਿਹੜੇ ਬੰਦੇ ਹੈਗੇ ਇਹਨਾਂ ਦਾ ਮੁਕਾਬਲਾ ਕਰਨਾ ਔਰ ਟੈਰਰਿਸਟ ਦੀ ਡੈਫੀਨੇਸ਼ਨ ਦਿੱਤੀ ਜਾਂਦੀ ਹੈ ਇਹ ਅੰਮ੍ਰਿਤਧਾਰੀ ਹੈ ਨਹੀਂ ਅੰਮ੍ਰਿਤਧਾਰੀ ਮੈਂ ਪ੍ਰੋਫੈਸਰ ਸਾਹਿਬ ਤੋਂ ਸ਼ੁਰੂਆਤ ਕਰਾਂਗਾ ਮੈਂ ਸਮਝ ਗਿਆ ਇਹ ਅੰਮ੍ਰਿਤਧਾਰੀ ਇੱਕ ਦੂਸਰੇ ਟਰੈਕ ਤੇ ਤੁਰ ਮੈਂ ਅੰਮ੍ਰਿਤਧਾਰੀ ਨੂੰ ਟੈਰਰਿਸਟ ਡਿਕਲੇਅਰ ਕੀਤਾ ਗਿਆ ਉਹਦੇ ਬਾਅਦ ਜੇ ਅਗਰ ਉਹ ਟੈਰਰਿਸਟ ਹੈ ਅਗਰ ਅੰਮ੍ਰਿਤਧਾਰੀ ਟੈਰਰਿਸਟ ਹੈ ਫਿਰ ਪਿੰਡਰਾਂਵਾਲਾ ਟੈਰਰਿਸਟ ਹੈ ਠੀਕ ਲੇਕਿਨ ਸਵਾਲ ਇਹ ਪੈਦਾ ਹੁੰਦਾ ਇਹ ਚੀਜ਼ ਹੋ ਰਹੀ ਹੈ ਬਿਨਾਂ ਕਿਸੇ ਰੀਕਨਸੀਲੇਸ਼ਨ ਤੋਂ ਤੇ ਬਿਨਾਂ ਉਹਨਾਂ ਚੀਜ਼ਾਂ ਦਾ ਮੁਲਿਆਂਕਣ ਕੀਤੇ ਬਗੈਰ ਜੋ ਕਿ ਉਸ ਵਕਤ ਮੇਰਾ ਸਿੰਪਲ ਜਿਹਾ ਸਵਾਲ ਹੈ ਉਹ ਇਹ ਹੈ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਫੋਟੋ ਵੀ ਉੱਥੇ ਹੈ ਔਰ ਉੱਥੇ ਜਿੰਦਾਲ ਔਰ ਸੁਖਾ ਜੀ ਦੀ ਫੋਟੋ ਵੀ ਉੱਥੇ ਲਾਈ ਹੈ ਉੱਥੇ ਹੀ ਪਿੰਡਾਂ ਵਾਲੇ ਦੀ ਉੱਥੇ ਹੀ ਬੇਅੰਤ ਸਿੰਘ ਦੀ ਉੱਥੇ ਇਸਤਵੰਤ ਸਿੰਘ ਦੀ ਫੋਟੋ ਵੀ ਹੈ ਇਹ ਸਾਰਾ ਤੁਹਾਨੂੰ ਨਹੀਂ ਲੱਗਦਾ ਹੈ ਕਿ ਇਹ ਕੈਸਾ ਮੇਲ ਹੈ ਜਾਂ ਤਾਂ ਐਂ ਕਰ ਲੈਣ ਵੀ ਦੋ ਅਜਾਇਬ ਘਰ ਬਣਾ ਲੈਣ ਇੱਕ ਤਾਂ ਇਹਨਾਂ ਦਾ ਅਜਾਇਬ ਘਰ ਹੋ ਜਾਏ ਇੱਕ ਉਹਨਾਂ ਦਾ ਅਜਾਇਬ ਘਰ ਹੋ ਜਾਏ ਫਿਰ ਇਹ ਆਪਣੇ ਵਾਲੇ ਨੂੰ ਕਹੀ ਜਾਣ ਸ਼ਹੀਦ ਉਹ ਆਪਣੇ ਵਾਲੇ ਨੂੰ ਕਹੀ ਜਾਣ ਲੋਕ ਦੇਖ ਲੈਣਗੇ ਇਨਸਾਫ ਕਰ ਲੈਣਗੇ ਇਹ ਦੋ ਇੱਕ ਜਗ੍ਹਾ ਕਰਨਾ ਕਿਸੇ ਦੀ ਵਿਚਾਰਧਾਰਕ ਸਾਂ ਉਹ ਮੈਨੂੰ ਕਲੈਰਿਟੀ ਹੈ ਬਹੁਤ ਇੰਪੋਰਟੈਂਟ ਬਹੁਤ ਬਣਾ ਕਿਉਂਕਿ ਕਿਤੇ ਨਾ ਕਿਤੇ ਸਮਝ ਇਹ ਵਿੱਚ ਨਹੀਂ ਆ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਇੱਕ ਐਸਾ ਖੂਨੀ ਸਾਕਾ ਰਿਹਾ ਕਈ ਦਹਾਕਿਆਂ ਤੱਕ ਰਿਹਾ ਲੇਕਿਨ ਉਹਦੀ ਕਦੀ ਰੀਕਨਸੀਲੇਸ਼ਨ ਨਹੀਂ ਹੋਈ ਉਹਦੇ ਲਈ ਕੋਈ ਰੀਕਨਸੀਲੇਸ਼ਨ ਕਮਿਸ਼ਨ ਨਹੀਂ ਬਿਠਾਏ ਗਏ ਲੋਕਾਂ ਨੂੰ ਇਹ ਨਹੀਂ ਸਮਝ ਵਿੱਚ ਆਇਆ ਕਿ ਉਸ ਟਾਈਮ ਕੀ ਹੋਇਆ ਸੀਗਾ ਤੇ ਅੱਜ ਜੋ ਲੀਡਰ ਸਾਡੀ ਜਮਾਤ ਕਹਿ ਰਹੀ ਹੈ ਸਿਆਸੀ ਉਹ ਠੀਕ ਹੈ ਜਾਂ ਉਸ ਵਕਤ ਜੋ ਸ਼ਬਦਾਵਲੀ ਵਰਤੀ ਜਾ ਰਹੀ ਸੀ ਉਹ ਠੀਕ ਹੈ ਕਿਤੇ ਨਾ ਕਿਤੇ ਪ੍ਰੋਫੈਸਰ ਸਾਹਿਬ ਦਾ ਪੁਆਇੰਟ ਵੀ ਠੀਕ ਹੈ ਵੀ ਜੇ ਅਜਾਇਬ ਕਰੀ ਬਣਨੇ ਨੇ ਤਾਂ ਸ਼ਾਇਦ ਦੋ ਹੋਣੇ ਚਾਹੀਦੇ ਨੇ ਜਿਨ੍ਹਾਂ ਵਿੱਚ ਕਿ ਵੱਖਰੀ ਵੱਖਰੀ ਕੌਮਾਂ ਦੇ ਤੇ ਵੱਖਰੇ ਵੱਖਰੇ ਜਿਹੜੀ ਕਮਿਊਨਿਟੀਜ਼ ਦੇ ਆਪਣੇ ਆਪਣੇ ਸ਼ਹੀਦ ਹੈ ਲੇਕਿਨ ਕੀ ਇਹ ਸੰਭਵ ਹੈ ਕਿ ਇਸ ਇਹ ਜਨਰੇਸ਼ਨ ਡਿਜ਼ਰਵ ਨਹੀਂ ਕਰਦੀ ਕਿ ਉਹਨਾਂ ਨੂੰ ਸੱਚਾਈ ਦਾ ਪਤਾ ਲੱਗੇ ਉਹ ਰੀਕਨਸੀਲੇਸ਼ਨ ਕਦੋਂ ਹੋਏਗੀ ਇਸ ਉੱਤੇ ਸਾਡੀ ਡਿਬੇਟ ਜਿਹੜੀ ਹੈਗੀ ਅਗਲੇ ਸੈਗਮੈਂਟ ਵਿੱਚ ਇਸੇ ਪੁਆਇੰਟ ਤੋਂ ਜਾਰੀ ਰੱਖਾਂਗੇ ਮੈਨੂੰ ਲੱਗਦਾ ਤੁਸੀਂ ਮੇਰੀ ਗੱਲ ਨੂੰ ਸਮਝ ਗਏ ਜਨਾਬ ਦੇਖਦੇ ਰਹੋ ਵੇਖੋ ਡਾਇਲੇ ਪੰਜਾਬ ਹਰ ਸ਼ਨੀਵਾਰ ਰਾਤੀ 9 ਵਜੇ ਸਿਰਫ ਜੀ ਪੰਜਾਬੀ ਤੇ
ਸਾਡੀ ਗੱਲਬਾਤ ਚੱਲਦੀ ਪਈ ਹੈ ਸੰਤ ਜਰਨੈਲ ਸਿੰਘ ਪਿੰਡਰਾਂਵਾਲਾ ਉਹਨਾਂ ਦਾ ਪੋਰਟਰੇਟ ਲੱਗਿਆ ਉਸ ਤੋਂ ਬਾਅਦ ਇੱਕ ਵਿਵਾਦ ਉਭਰਿਆ ਮੈਂ ਇਸ ਵਕਤ ਭਾਈ ਮੋਹਕਮ ਸਿੰਘ ਜੀ ਦੇ ਦੁਬਾਰਾ ਆਵਾਂਗਾ ਭਾਈ ਮੋਹਕਮ ਸਿੰਘ ਜੀ ਪ੍ਰੋਫੈਸਰ ਸਾਹਿਬ ਨੇ ਬੜੀ ਬਿਲਕੁਲ ਸਹੀ ਗੱਲ ਕੀਤੀ ਵੀ ਸ਼ਹੀਦ ਸਾਡੇ ਲਈ ਬੇਅੰਤ ਸਿੰਘ ਵੀ ਹੈਗੇ ਨੇ ਸ਼ਹੀਦ ਸਾਡੇ ਲਈ ਅਰਜਨ ਸਿੰਘ ਲੌਂਗੋਵਾਲ ਵੀ ਹੈਗੇ ਨੇ ਵੱਖਰੇ ਵੱਖਰੇ ਲੜਾਈਆਂ ਇੱਕ ਦੂਜੇ ਦੇ ਲੜਾਈ ਮਤਲਬ ਸਾਡੀ ਕਮਿਊਨਿਟੀ ਹਲੇ ਤੱਕ ਇਹ ਨਹੀਂ ਡਿਸਾਈਡ ਕਰ ਪਾਈ ਵੀ ਸਾਡੇ ਲਈ ਸ਼ਹੀਦ ਕੌਣ ਹੈਗੇ ਤੇ ਕੌਣ ਨਹੀਂ ਹੈਗੇ ਨੇ ਪਿੰਡਰਾਂਵਾਲਾ ਸਾਹਿਬ ਦਾ ਚੰਦ ਕੌਰ ਕਹਿੰਦੇ ਰਹੇ ਅਰਜਨ ਸਿੰਘ ਲੌਂਗੋਵਾਲ ਨੂੰ ਦੇਖੋ ਜੀ ਪਹਿਲੀ ਗੱਲ ਤਾਂ ਉਹਨਾਂ ਨੇ ਨਾ ਚੰਦ ਕੌਰ ਕਿਹਾ ਅਖਬਾਰਾਂ ਛਪਿਆ ਪੜਿਆ ਮੈਂ ਤਾਂ ਮੇਰੇ ਹੁੰਦਿਆਂ ਤਾਂ ਕਦੇ ਕਿਹਾ ਸਾਡੇ ਕੋਲ ਕੈਸਟਾਂ ਸਭ ਕੁਝ ਉਹਨਾਂ ਦਾ ਉਹ ਤਾਂ ਸੰਤ ਜੀ ਕਰਕੇ ਸਤਿਕਾਰ ਵੀ ਕਰਦੇ ਰਹੇ ਆ ਦੇਖੋ ਉਹਨਾਂ ਦੋਨਾਂ ਨੇ ਇੱਕੇ ਜਗ੍ਹਾ ਤੇ ਬੈਠ ਕੇ ਮੋਰਚਾ ਲਾਇਆ ਉਹਦੇ 'ਚ ਲੱਖਾਂ ਬੰਦਿਆਂ ਦੀ ਗ੍ਰਿਫਤਾਰੀ ਹੋਈ ਹੈ ਔਰ ਉਹਦੇ ਦਰਮਿਆਨ ਝੂਠੇ ਮੁਕਾਬਲੇ ਕੁੱਟਣਾ ਮਾਰਨਾ ਇਸ ਤਰ੍ਹਾਂ ਦੀ ਪੁਜੀਸ਼ਨ ਸਰਕਾਰ ਵੱਲੋਂ ਕ੍ਰੀਏਟ ਕੀਤੀ ਗਈ ਔਰ ਇਹ ਇੱਥੇ ਨਹੀਂ ਸੰਤ ਭਿੰਡਰਾਂਵਾਲ ਜੀ ਜਦੋਂ ਤੁਸੀਂ ਪਹਿਲਾਂ ਸਾਰੀ ਸਵਾਲ ਕਰ ਰਹੇ ਹੋ ਤੁਸੀਂ ਸੰਤ ਜਰਨੈਲ ਤੋਂ ਸਵਾਲ ਕਰ ਰਹੇ ਹੋ ਮੈਨੂੰ ਸੰਤ ਜਰਨੈਲ ਬਾਰੇ ਇੱਕ ਸਥਿਤੀ ਜਿੰਨਾ ਚਿਰ ਮੈਂ ਨਹੀਂ ਦੱਸਾਂਗਾ ਲੋਕ ਕੀ ਕਹਿਣਗੇ ਪਹਿਲੀ ਗੱਲ ਸੰਤ ਜਰਨੈਲ ਸਕੂਲ ਦਾ ਬਿਲਕੁਲ ਘੱਟ ਪੜਿਆ ਜਾਣੀ ਕਿ ਤਿੰਨ ਚਾਰ ਜਮਾਤਾਂ ਦਾ ਪੜਿਆ ਸੀ ਜਾਣੀ ਕਿ ਇਹ ਨਹੀਂ ਕਹਿ ਸਕਦੇ ਕੋਈ ਕਿਸੇ ਏਜੰਸੀ ਦਾ ਅਫਸਰ ਸੀ ਨੌਕਰ ਸੀ ਜਾਂ ਫਲਾਣਾ ਰੱਖਿਆ ਸੀ ਇਹ ਵੀ ਗੱਲ ਨਹੀਂ ਲੱਗ ਸਕਦੀ ਦੂਸਰੀ ਗੱਲ ਉਸ ਤੋਂ ਬਾਅਦ ਉਹਦੇ ਜੀਵਨ ਦਾ ਇਹ ਹਿੱਸਾ ਕਿ ਉਹ ਕਿਰਤ ਕਰਦਾ ਸੀ ਖੇਤੀਬਾੜੀ ਕਰਦਾ ਸੀ ਨਾਮ ਜਪਦਾ ਸੀ ਸਿਮਰਨ ਕਰਦਾ ਸੀ ਅਤੇ ਵੰਡ ਛਕਦਾ ਸੀ ਦੂਸਰੀ ਗੱਲ ਇਸ ਤੋਂ ਅਗਲੀ ਗੱਲ ਕਿ ਜਦੋਂ 77 ਦੇ ਵਿੱਚ ਅਚਾਨਕ ਸੰਤ ਕਰਤਾਰ ਸਿੰਘ ਦਾ ਐਕਸੀਡੈਂਟ ਹੋ ਜਾਂਦਾ ਅਤੇ ਉਹਨੂੰ ਜਗ੍ਹਾ 'ਤੇ ਸਾਰੇ ਇਕੱਠੇ ਹੋ ਕੇ ਸਾਥੀਆਂ ਨੇ ਕਿਹਾ ਵੀ ਇਹਨੂੰ ਅਗਲਾ ਮੁਖੀ ਬਣਾ ਦਿਓ ਉਸ ਤੋਂ ਬਾਅਦ ਉਹ ਧਰਮ ਪ੍ਰਚਾਰ ਕਰ ਰਿਹਾ ਵਿਅਕਤੀ ਸੀ ਔਰ ਉਹਨੇ ਧਰਮ ਪ੍ਰਚਾਰ ਕਰਕੇ ਦਾੜੇ ਕੇਸ ਰਖਾਏ ਨੌਜਵਾਨ ਹੋਰ ਜੋ ਸਿੱਖੀ ਦੇ ਕਰਮ ਧਰਮ ਸੀ ਉਹਨੇ ਸਾਰੇ ਕੀਤੇ ਇਹਦੇ ਲੇਕਿਨ ਕਿਤੇ ਨਾ ਕਿਤੇ ਵਰਤੇ ਵੀ ਗਏ ਇੱਕ ਮਿੰਟ ਇਹਦੇ ਵਿੱਚ ਜਵਾਬ ਦੇ ਰਿਹਾ ਦੇਖੋ ਕਈ ਗੱਲਾਂ ਉਛਾਲੀਆਂ ਜਾਂਦੀਆਂ ਨੇ ਜਦੋਂ ਉਹਨੂੰ ਸੱਚਾਈ ਨਾਲ ਗਹੁ ਨਾਲ ਥੱਲੇ ਤੱਕ ਦੇਖਾਂਗੇ ਤੇ ਉਹ ਗੱਲ ਗਲਤ ਨਿਕਲੇਗੀ 78 ਦੇ ਵਿੱਚ ਸਾਕਾ ਹੋਇਆ 78 ਦੇ ਸਾਕੇ ਵਿੱਚ ਅਕਾਲੀ ਸਰਕਾਰ ਸੀ ਪੰਜਾਬ ਵਿੱਚ ਜਿਹੜਾ ਵਿਅਕਤੀ ਆ ਕੇ ਅੰਮ੍ਰਿਤਸਰ 'ਚ ਸੱਸ ਤਾਰਿਆਂ ਦੀ ਗੱਲ ਕਰਦਾ ਸਰਕਾਰ ਨੇ ਕਿਉਂ ਨਹੀਂ ਰੋਕਿਆ ਉਮਰਾ ਨੰਗਲ ਉੱਥੇ ਮੌਕੇ 'ਤੇ ਹਾਜ਼ਰ ਸੀ ਅੰਮ੍ਰਿਤਸਰ ਉਹਨੇ ਕੀ ਕੀਤਾ ਰੋਲ ਅਦਾ ਕੀਤਾ ਨਿਰੰਕਾਰੀ ਦੇ ਵਿਰੁੱਧ ਪੰਜਾਬ ਸਰਕਾਰ ਅਤੇ ਇੱਥੋਂ ਦੀਆਂ ਅਦਾਲਤਾਂ 'ਤੇ ਉਹਨਾਂ ਨੂੰ ਕੋਈ ਵਿਸ਼ਵਾਸ ਨਹੀਂ ਸੀ ਉਹ ਇੱਥੋਂ ਚੱਕ ਕੇ ਕੇਸ ਕਰਨਾਲ ਲੈ ਗਏ ਉੱਥੇ ਉਮਰਾ ਨੰਗਲ ਦੇ ਬਿਆਨ ਦੇ ਉੱਤੇ ਕਿ ਨਿਰੰਕਾਰੀ ਦਾ ਕੋਈ ਦੋਸ਼ ਨਹੀਂ ਗਾ ਸਾਰਾ ਦੋਸ਼ ਭਿੰਡਰਾਂਵਾਲੇ ਦਾ ਉਹ ਬਰੀ ਹੁੰਦਾ ਉਸ ਉਮਰਾ ਨੰਗਲ ਦੇ ਵਿਰੋਧ 'ਚ ਉਹਨਾਂ ਨੇ ਭਾਈ ਅਮਰੀਕ ਸਿੰਘ ਨੂੰ ਖੜਾ ਕਰਨਾ ਉਹਨਾਂ ਦਾ ਵਾਜਬ ਸੀ ਕਿ ਨਹੀਂ ਔਰ ਉਹ ਸ਼੍ਰੋਮਣੀ ਕਮੇਟੀ ਦਾ ਸੀਨੀਅਰ ਮੀਤ ਪ੍ਰਧਾਨ ਸੀ ਉਮਰਾ ਨੰਗਲ ਇਹੋ ਜਿਹਾ ਅਕਾਲੀਆਂ ਨੇ ਮਾੜੇ ਵਿਅਕਤੀ ਨੂੰ ਜਾਂ ਨਿਰੰਕਾਰੀ ਨੂੰ ਬਰੀ ਕਰਾਵੇ ਆਪਣਾ ਬਿਆਨ ਦਰਜ ਕਰਾ ਕੇ ਅਦਾਲਤ ਵਿੱਚ ਉਹਦੇ ਵਿਰੁੱਧ ਬੰਦਾ ਖੜਾ ਕਰਕੇ ਸਿੱਖਾਂ ਦੀ ਅਣਖ ਗੈਰ ਤੇ ਸਵੈ ਮਾਣ ਦਾ ਵਿਸ਼ਵਾਸ ਦੇਣਾ ਜ਼ਰੂਰੀ ਇੱਕ ਮਿੰਟ ਗੱਲ ਕਰ ਲੈਂਦੇ ਦੂਸਰੀ ਗੱਲ ਦੂਸਰੀ ਗੱਲ ਨਹੀਂ ਦੇਖੋ ਸੰਤ ਭਿੰਡਰਾਂਵਾਲੇ ਨੇ ਕਿੱਥੇ ਜਾ ਕੇ ਨਹੀਂ ਕੀਤਾ ਉਹਨੂੰ ਇਹਨਾਂ ਨੇ ਕਿਹਾ ਵੀ ਨਿਰੰਕਾਰੀ ਕਾਂਡ ਵਿੱਚ ਤੇਰੀ ਪੁੱਛਗਿੱਛ ਕਰਨੀ ਉਹ CBI ਦੇ ਸਾਹਮਣੇ ਹਾਜ਼ਰ ਹੋ ਗਿਆ ਦੱਸੋ ਕਿੱਥੇ ਕਰਨੀ ਹੈ ਔਰ ਕਿੰਨੇ ਦਿਨ ਔਰ ਮਹੀਨਿਆਂ ਬਾਅਦ ਹੀ ਉਹ ਉਹਦੀ ਪੁੱਛਗਿੱਛ ਚੱਲੀ ਨਿਰੰਕਾਰ ਇਹ ਹੋ ਗਿਆ ਔਰ 9 ਦੇ ਵਿੱਚ ਉਹਨੇ ਦੇਖੋ ਜੀ ਉਹਨੇ ਗ੍ਰਿਫਤਾਰੀ ਦਿੱਤੀ ਹੈ ਅਦਾਲਤਾਂ 'ਚ ਗਿਆ ਉਹਨਾਂ ਦੇ ਕਿਰਦਾਰ ਬਾਰੇ ਮੈਨੂੰ ਕੋਈ ਸ਼ੱਕ ਨਹੀਂ ਹੈਗਾ ਮੈਂ ਸਵਾਲ ਇਹ ਕਹਿ ਰਿਹਾ ਵੀ ਜਿਹੜੀ ਪਰਸੈਪਸ਼ਨ ਹੈ ਉਹਨੂੰ ਕੌਣ ਬਦਲੇਗਾ ਤੇ ਕਿਵੇਂ ਬਦਲੇਗਾ ਜਿਹੜਾ ਲਿਖਾ ਪਾਇਆ ਤੁਸੀਂ ਉਹ ਲੋਕਾਂ ਨੂੰ ਕਿਵੇਂ ਦਿਖਾਓਗੇ ਜਿਨ੍ਹਾਂ ਨੂੰ 20 ਸਾਲ ਤੱਕ ਇਹ ਦੱਸਿਆ ਇਹ ਮੈਂ ਦੱਸਣਾ ਚਾਹੁੰਦਾ 12 ਸਾਲ ਤੱਕ ਜਾਂ 15 ਸਾਲ ਤੱਕ ਜਾਂ 10 ਸਾਲ ਤੱਕ ਸਿੱਖ ਫਿਲਾਸਫੀ ਦਾ ਸਿੰਬਲ ਕਿਵੇਂ ਹੋ ਸਕਦੇ ਨੇ ਉਹ ਹਲੀਮੀ ਦਾ ਸਿੰਬਲ ਨਹੀਂ ਹਨ ਉਹ ਹਲੀਮੀ ਦਾ ਸਿੰਬਲ ਨਹੀਂ ਬਣ ਸਕੇ ਉਹਨਾਂ ਨੇ ਜੇ ਹਲੀਮੀ ਦਾ ਸਿੰਬਲ ਹੋਣ ਜੋ ਸਿੱਖ ਧਰਮ ਦੀ ਫਿਲਾਸਫੀ ਦਾ ਬੇਸਿਕ ਹੋ ਹੈ ਉਸ ਦਾ ਸਿੰਬਲ ਉਹ ਨਹੀਂ ਹੋਏ ਇਸ ਕਰਕੇ ਅਸੀਂ ਇਹ ਕਹਿੰਦੇ ਹਾਂ ਕੰਟਰੋਵਰਸੀ ਹੋ ਗਈ ਇਸ ਕੰਟਰੋਵਰਸੀ ਨੂੰ ਸਾਲਵ ਕੀਤਾ ਜਾਣ ਦੀ ਬਜਾਏ ਉਹਨਾਂ ਲਈ ਇੱਕ ਵੱਖਰੀ ਥਾਂ ਹੋਵੇ ਉਹ ਵੱਖਰੀ ਉਸ 'ਤੇ ਡਿਸਕਸ਼ਨ ਚਲਾ ਲੈਣ ਆਪਣੀ ਪਰ ਜਿਸ ਦਰਬਾਰ ਸਾਹਿਬ ਦੇ ਉੱਤੇ ਹਿੰਦੂ ਸਿੱਖ ਮੁਸਲਮਾਨ ਬਾਵਜੂਦ ਉਹਨਾਂ ਲੋਕਾਂ ਦੇ ਜਿਹੜਾ ਫਿਰਕਾ ਪ੍ਰਸਤ ਨੇ ਬਾਵਜੂਦ ਉਸਦੇ ਉਸ ਨੂੰ ਸਮਝਦੇ ਨੇ ਵੀ ਇੱਕ ਪਵਿੱਤਰ ਥਾਂ ਹੈ ਉਸ ਦੇ ਬਾਵਜੂਦ ਵੀ ਸਾਰੇ ਧਰਮ ਸਮਝਦੇ ਆ ਪਰ ਉਸਨੂੰ ਜਾਣ ਕੇ ਉਸਨੂੰ ਸੰਕੀਰਨ ਕੀਤਾ ਜਾ ਰਿਹਾ ਇੱਕ ਕੰਟਰੋਵਰਸੀਅਲ ਬੰਦੇ ਨੂੰ ਲਿਆ ਕੇ ਕਿਹਾ ਜਾ ਰਿਹਾ ਕਿ ਇਹ ਉਹਨਾਂ ਸ਼ਹੀਦਾਂ ਦੇ ਨਾਲ ਦੇ ਕਰ ਦਿਓ ਜਿਹੜੇ ਵੱਡੇ ਸ਼ਹੀਦਾਂ ਦੇ ਉੱਥੇ ਫੋਟੋਆਂ ਲੱਗੀਆਂ ਨੇ ਉਹਨਾਂ ਦੇ ਨਾਲ ਉਹਨਾਂ ਲਾ ਦਿਓ ਮੈਂ ਨਹੀਂ ਸਮਝਦਾ ਇਸ ਦੀ ਜ਼ਰੂਰਤ ਸੀ ਪਰ ਸਮੇਂ ਦੀ ਸਰਕਾਰ ਨੂੰ
ਲੋੜ ਸੀ ਕਿ ਮੁੱਦਿਆਂ ਨੂੰ ਧਿਆਨ ਲਾਂਭੇ ਕੀਤਾ ਜਾਵੇ, ਆਪਸ ਦੇ ਵਿੱਚ ਲੜਾਈ ਨਾ। ਬਿਲਕੁਲ ਠੀਕ ਹੈ, ਸਰਕਾਰਾਂ ਬਲਵੰਤ ਜੀ ਹਮੇਸ਼ਾ ਮੁੱਦਿਆਂ ਤੋਂ ਲਾਂਭੇ ਹੁੰਦੀਆਂ, ਹਮੇਸ਼ਾ ਕਰਦੀਆਂ, ਹੁਣ ਵੀ ਨੰਦੀ ਗ੍ਰਾਮ ਜੋ ਹੋ ਰਿਹਾ ਮੁੱਦੇ ਛੱਡ ਕੇ ਹੋ ਰਿਹਾ। ਜਿਹੜਾ ਤੁਸੀਂ ਕਹਿ ਰਹੇ ਹੋ ਉਹਦੀ ਗੱਲ ਨੰਦੀ ਗ੍ਰਾਮ ਸਰਕਾਰ ਦੀ ਗੱਲ ਕਰ ਰਹੇ, 84 ਦੇ ਵਿੱਚ ਉੱਥੇ ਇੱਕ ਸਿੱਖ ਕਤਲ ਹੋਣ ਦਾ, ਗੁਰੂ ਨਾਨਕ ਦੇਵ ਜੀ ਸਰਕਾਰ ਦੇ ਤੋਂ ਉਠਾ ਰਹੇ ਹੈ। ਗੁਰੂ ਨਾਨਕ ਦੇਵ ਜੀ, ਮੈਂ ਉਹੀ ਦੱਸਣ ਲੱਗਾ, ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਦਾ ਇੱਕ ਪਰਸੈਪਸ਼ਨ ਹੈ, ਤੁਸੀਂ ਪਰਸੈਪਸ਼ਨ ਦੀ ਗੱਲ ਕਰ ਰਹੇ ਹੋ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇੱਕ ਪਰਸੈਪਸ਼ਨ ਹੈ, ਦੋਨਾਂ 'ਚ ਕੋਈ ਫਰਕ ਨਹੀਂ, ਇੱਕੋ ਮਾਲਾ ਦੇ ਮਣਕੇ ਹੈ। ਗੁਰੂ ਸਾਹਿਬ ਨੇ ਖੁਦ ਕਿਹਾ ਜਵਾਬ ਦੇ ਰਿਹਾ ਸਰ, ਉਹੀ ਜਵਾਬ ਦੇ ਰਿਹਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਵੀ ਗਾਂਧੀ ਜੀ ਨੇ ਵੀ ਕਹਿਤਾ ਗੁਮਰਾਹ ਦੇਸ਼ ਭਗਤ ਹੈ, ਪਰਸੈਪਸ਼ਨ ਤੇ ਬਦਲੀ, ਹੁਣ ਕਿੱਦਾਂ ਬਦਲੀ ਕਰੋਗੇ? ਗੁਰੂ ਗੋਬਿੰਦ ਸਿੰਘ ਸਾਹਿਬ ਦਾ ਰੂਪ ਵੱਖਰਾ, ਸਭ ਕੁਝ ਵੱਖਰਾ। ਹਰਿਮੰਦਰ ਸਾਹਿਬ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਕੋਈ ਰੋਲ ਹੈ ਜਿਹੜਾ ਬਲਵੰਤ ਜੀ ਮੈਨੂੰ ਹੁਣ ਬੋਲਣ ਦਿਓ, ਜਿਹੜੀ ਗੱਲ ਸੰਤ ਜਰਨੈਲ ਸਿੰਘ ਦਾ ਰੋਲ ਉਹੀ ਹੈ ਜਿਹੜਾ ਸਿੱਖ ਧਰਮ ਦੇ ਵਿੱਚ ਜਿਹੜਾ ਬਾਬਾ ਦੀਪ ਸਿੰਘ ਦਾ ਸੀ, ਜਿਹੜੇ ਪਹਿਲੇ ਫਾਊਂਡਰ ਹੈ ਦਮਦਮੀ ਟਕਸਾਲ ਦੇ, ਜਿਹੜਾ ਰੂਪ ਉਹਨਾਂ ਦਾ ਬੰਦਾ ਬਹਾਦਰ ਦਾ ਹੈ, ਜਿਹੜਾ ਰੂਪ ਉਹਨਾਂ ਦਾ ਬੰਦਾ ਬਹਾਦਰ ਸੰਤ ਗੁਰਬਖਸ਼ ਸਿੰਘ ਦਾ, ਜਿਹੜਾ ਬਾਬਾ ਗੁਰਬਖਸ਼ ਸਿੰਘ ਦਾ ਜਿਹੜੇ ਦਮਦਮੀ ਟਕਸਾਲ ਦੇ ਮੁਖੀ ਸੀ, ਜਿਸ ਨੇ ਹਰਿਮੰਦਰ ਸਾਹਿਬ ਦੇ ਉੱਤੇ ਹਮਲਾ ਕੀਤਾ। ਬਾਕੀ ਰਹਿ ਗਈ ਗੱਲ ਲੌਂਗੋਵਾਲ ਦੀ ਫੋਟੋ ਤੇ ਸੰਤ ਜਰਨੈਲ ਸਿੰਘ ਦੀ ਕਿੱਦਾਂ ਲੱਗ ਸਕਦੀ ਹੈ, ਬਿਲਕੁਲ ਇਹਦਾ ਜਵਾਬ ਇਹ ਹੈਗਾ ਕਿ ਰੋਜ਼ ਅਰਦਾਸ ਕਰਦੇ ਜਿਹਨਾਂ ਧਰਮ ਦੀ ਖਾਤਰ ਸ਼ਹਾਦਤਾਂ ਦਿੱਤੀਆਂ, ਧਰਮ ਦੀ ਖਾਤਰ ਸ਼ਹੀਦ ਹੋਏ, ਉਹਨਾਂ ਦੀਆਂ ਤਸਵੀਰਾਂ ਲੱਗਣਗੀਆਂ, ਲੱਗਦੀਆਂ ਰਹਿਣਗੀਆਂ। ਉਹਦੇ ਵਿੱਚ ਲੌਂਗੋਵਾਲ ਨੇ ਧਰਮਯੁੱਧ ਮੋਰਚੇ ਨੂੰ ਚਲਾਇਆ, ਸੰਤ ਜਰਨੈਲ ਸਿੰਘ ਉਹਦੇ ਅੰਡਰ ਰਹੇ, ਉਹਨਾਂ ਨੇ ਲੌਂਗੋਵਾਲ ਦੀ ਅਗਵਾਈ ਦੇ ਵਿੱਚ ਸਹੁੰ ਚੁੱਕੀ ਕਿ ਇਹ ਜਿਹੜਾ ਆਨੰਦਪੁਰ ਦਾ ਮਤਾ ਹੈ ਜਿਹਦੀ ਖਾਤਰ ਅਸੀਂ ਜਾਨ ਕੁਰਬਾਨ ਕਰ ਦਾਂਗੇ। ਲਾਸਟ ਦੀ ਗੱਲ ਕਰੋ, ਵਿਚਾਰਧਾਰਾ ਦੀ ਗੱਲ ਕਰੋ, ਵਿਚਾਰਧਾਰਾ ਕੀ? ਬਾਬਾ ਦੀਪ ਸਿੰਘ ਦੀ ਵਿਚਾਰਧਾਰਾ, ਇਹਨਾਂ ਨੂੰ ਗੱਲ ਬਾਬਾ ਦੀਪ ਸਿੰਘ ਦੀ ਵਿਚਾਰਧਾਰਾ ਔਰ ਭਿੰਡਰਾਂਵਾਲਾ ਦੀ ਵਿਚਾਰਧਾਰਾ, ਜ਼ਮੀਨ ਅਸਮਾਨ ਦਾ ਫਰਕ, ਕੋਈ ਨੈਗੇਟਿਵ ਇੱਕ ਪੋਜ਼ਿਟਿਵ ਫਰਕ। ਮੈਨੂੰ ਕਹਿਣ ਦਾ, ਹੁਣ ਮੇਰੀ ਵਾਰੀ ਹੈ ਨਾ ਜੀ, ਤੁਸੀਂ ਬੋਲੋ। ਉਹਨਾਂ ਦੀ ਪੋਜ਼ਿਟਿਵ ਬਾਬਾ ਦੀਪ ਸਿੰਘ ਦੀ, ਇਹਨਾਂ ਦੀ 100% ਨੈਗੇਟਿਵ। ਔਰ ਫਿਰ ਉਹਨਾਂ ਤੋਂ ਬਾਅਦ ਇਹਨਾਂ ਨੇ ਨਾਂ ਲੈ ਦਿੱਤਾ ਉੱਥੇ ਬਾਬਾ ਦੀਪ ਸਿੰਘ ਤੋਂ ਬਾਅਦ ਬਾਬਾ ਗੁਰਬਖਸ਼ ਨਿਹੰਗ, ਜਿਹਨੇ ਹਰਿਮੰਦਰ, ਮੈਂ ਉਹੀ ਕਹਿੰਦਾ ਨਾ, ਬੰਦਾ ਬਹਾਦਰ ਜੀ ਦੀ, ਜਿਹਨਾਂ ਨੇ ਲੈਂਡ ਟੂ ਦਾ ਟਿਲਰ ਦਿੱਤੀ, ਬੇਜ਼ਮੀਨਿਆਂ ਨੂੰ ਜ਼ਮੀਨ ਦਿੱਤੀ, ਜਿਹਨਾਂ ਨੇ ਲੜੇ ਜਿਹੜੇ ਉਹਨਾਂ ਦੇ ਨਾਲ ਬੇਇਨਸਾਫੀ ਦੇ ਖਿਲਾਫ, ਉਹਨਾਂ ਦੇ ਨਾਲ ਰਲਾਉਣਾ, ਇਸ ਤੋਂ ਜ਼ਿਆਦਾ ਮੈਂ ਸਮਝਦਾ ਅਨਿਆਏ ਹੋ ਨਹੀਂ ਸਕਦਾ ਬੰਦਾ ਬਹਾਦਰ ਨਾਲ ਔਰ ਬਾਬਾ ਦੀਪ ਸਿੰਘ ਨਾਲ, ਜਿੰਨਾ ਇਹਨਾਂ ਨੇ ਕਰਤਾ। ਉਹਨਾਂ ਦੀ ਫਿਲਾਸਫੀ ਤਾਂ ਆਲਟੂਗੈਦਰ ਇੱਕ ਐਸੀ ਹੈ, ਇੱਕ ਨਰਕ ਦੀ ਫਿਲਾਸਫੀ ਹੈ, ਇੱਕ ਜ਼ਿੰਦਗੀ ਦੀ ਫਿਲਾਸਫੀ ਹੈ। ਦੇਖੋ ਜੀ, ਇਹ ਕਹਿ ਰਹੇ ਨੇ ਕਿ ਬੰਦਾ ਸਿੰਘ ਬਹਾਦਰ ਨੇ ਲੋਕਾਂ ਨੂੰ ਜ਼ਮੀਨਾਂ ਦੇ ਹੱਕ ਦਿੱਤੇ, ਸੰਤ ਭਿੰਡਰਾਂਵਾਲ ਨੇ ਕਿਹਾ ਕਿ ਪੰਜਾਬ ਦਾ ਪਾਣੀ ਪੰਜਾਬ ਦੇ ਲੋਕਾਂ ਕੋਲ, ਇੱਥੇ ਖੇਤੀ ਜਿਹੜੀ ਹੈ ਉਜੜ ਰਹੀ ਹੈ, ਸਾਰਾ ਕੁਝ ਹਾਰਿਆ, ਇਹ ਇੱਥੇ ਰਹਿਣਾ ਚਾਹੀਦਾ, ਪੰਜਾਬ ਕੋਲ ਕੋਈ ਰਾਜਧਾਨੀ, ਪੰਜਾਬ ਕੋਲ ਕੋਈ ਹਾਈ ਕੋਰਟ ਨਹੀਂ। ਗੱਲ ਕਰਨ ਦੇ ਉਹਨਾਂ ਫਿਰ ਕਿਸੇ ਗੱਲ, ਇਸ ਇਸ਼ੂ ਦੇ ਉੱਤੇ ਬੰਦਾ ਸਿੰਘ ਬਹਾਦਰ ਨੇ ਲੜਾਈ ਲੜੀ ਹੈ, ਉਹਨੇ ਜੇ ਸੱਤਾ ਦੀ ਲੜਾਈ ਲੜੀ, ਰਾਜਭਾਈ ਦੀ ਕੀਤੀ, ਉਹਨੇ ਜ਼ਮੀਨਾਂ ਦੀ ਗੱਲ ਕੀਤੀ, ਪਾਣੀ ਦੇ ਮਸਲੇ ਤੇ, ਉਹਨਾਂ ਦੀ ਫੋਟੋ ਹੈਗੀ ਉੱਥੇ, ਉਹਨਾਂ ਦਾ ਚਿੱਤਰ ਹੈ, ਤੁਸੀਂ ਤਾਂ ਕਰਦੇ ਹੋ, ਮੈਂ ਉਹ ਉਹਨੂੰ ਤਾਂ ਬੰਦਾ ਗੰਦਾ ਹੋ ਗਿਆ, ਤੁਸੀਂ ਕਰਾਰ ਦਿੱਤਾ ਹੈ, ਬੰਦਾ ਸਿੰਘ ਬਹਾਦਰ ਸਾਡਾ ਪੂਜਨ ਯੋਗ ਹੈਗਾ ਪਰ ਦਰਬਾਰ ਸਾਹਿਬ ਦੇ ਵਿੱਚ, ਮਰਜ਼ੀ ਕਹੋ, ਦਰਬਾਰ ਸਾਹਿਬ ਮੈਂ ਆਈ ਚੈਲੰਜ ਇਟ।
ਆਈ ਚੈਲੰਜ ਇਟ ਬਾਬਾ ਬੰਦਾ ਸਿੰਘ ਆਈ ਚੈਲੰਜ ਇਟ ਕੇ ਐਸਜੀਪੀਸੀ ਨਾਲ ਬਾਬਾ ਬੰਦਾ ਸਿੰਘ ਬਹਾਦਰ ਦਾ ਅੱਜ ਤੈਨੂੰ ਦਿਖਾਉਣੇ ਫੋਟੋ ਜਾ ਕੇ ਤੇ ਉਹ ਬਲਵੰਤ ਜੀ ਤੁਹਾਨੂੰ ਇਹਨਾਂ ਕਰਨਾ ਚਾਹੀਦਾ ਹੈ ਦਰਬਾਰ ਸਾਹਿਬ ਦੇ ਕਿਸੇ ਦੀ ਵੀ ਨਹੀਂ ਅਜਾਇਬ ਕਰਕੇ ਫੋਟੋ ਨਹੀਂ ਬੜਾ ਇੰਪੋਰਟੈਂਟ ਪੁਆਇੰਟ ਹੈ ਕਿ ਦਰਬਾਰ ਸਾਹਿਬ ਦੇ ਬੰਦਾ ਬਹਾਦਰ ਦੀ ਕਿਉਂ ਨਹੀਂ ਯਾਦ ਮਨਾਈ ਜਾਂਦੀ ਦਰਬਾਰ ਸਾਹਿਬ ਦੇ ਸਵਾਏ ਕੀਰਤਨ ਦੇ ਵਾਹਿਗੁਰੂ ਜੀ ਦਾ ਅਰਦਾਸ ਦੇ ਮੈਂ ਨਹੀਂ ਕਿਹਾ ਯਾਦ ਮਨਾਈ ਜਾਂਦੀ ਮੈਂ ਨਹੀਂ ਕਿਹਾ ਮੈਂ ਸਿੱਕਰ ਦੀ ਗੱਲ ਕਰੀ ਹੈ ਫਿਰ ਲੱਗਾ ਹੋਇਆ ਮੇਰੀ ਗੱਲ ਧਿਆਨ ਨਾਲ ਸੁਣੋ ਬੰਦਾ ਬਹਾਦਰ ਦਾ ਕੋਈ ਦਿਹਾੜਾ ਦਰਬਾਰ ਸਾਹਿਬ ਦੇ ਵਿੱਚ ਕਦੇ ਮਨਾਇਆ ਗਿਆ ਹੋਵੇ ਆਈ ਚੈਲੰਜ ਇਟ ਔਰ ਉਹਨਾਂ ਨੂੰ ਉੱਥੋਂ ਦਰਬਾਰ ਸਾਹਿਬ ਤੋਂ ਇਹ ਕਹਿ ਕੇ ਬੰਦਾ ਗੰਦਾ ਹੋ ਗਿਆ ਬੰਦਾ ਬਹਾਦਰ ਤੁਸੀਂ ਕਹਿ ਰਹੇ ਬੰਦਾ ਬਹਾਦਰ ਦੇਖੋ ਗੱਲ ਇਹ ਹੈ ਬੰਦਾ ਬਹਾਦਰ ਨਾਲ ਬਾਬਾ ਦੀਪ ਸਿੰਘ ਜੀ ਨਾਲ ਔਰ ਇਹੋ ਜਿਹੇ ਵੱਡੇ ਮਹਾਨ ਸ਼ਖਸੀਅਤਾਂ ਨਾਲ ਮੇਚ ਕਰਨਾ ਉਹਨਾਂ ਦਾ ਉਹਨਾਂ ਨਾਲ ਬੇਇਨਸਾਫੀ ਹੈ ਦੇਖੋ ਬੰਦਾ ਸਿੰਘ ਬਹਾਦਰ ਔਰ ਇਸੇ ਤਰ੍ਹਾਂ ਨਵਾਬ ਕਪੂਰ ਸਿੰਘ ਆਲੂਵਾਲੀਆ ਸਾਡੇ ਸਰਦਾਰ ਸ਼ਾਨ ਸਿੰਘ ਬਰਾਬਰ ਨੇ ਬਲਕਿ ਉਹਨਾਂ ਦੇ ਕਦਮਾਂ ਤੇ ਅਜੋਕੇ ਯੁੱਗ ਚ ਚੱਲ ਕੇ ਉਹਨਾਂ ਵਿਖਾਇਆ ਠੀਕ ਹੈ ਜਿਸਨੇ ਹਰਿਮੰਦਰ ਸਾਹਿਬ ਦੀ ਰਾਖੀ ਲਈ ਸ਼ਹਾਦਤ ਦਿੱਤੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਲਫ਼ਜ਼ ਹਨ ਇਨੀ ਕੀ ਕਿਰਪਾ ਕੇ ਸਜੇ ਹਾਂ ਮੈਂ ਨਹੀਂ ਮੋਸੋ ਗਰੀਬ ਕਰੋੜ ਪਰੇ ਗੁਰੂ ਗੋਬਿੰਦ ਮੈਂ 10 ਸੈਕਿੰਡ ਦੇ ਦਿਓ ਉਹਨਾਂ ਨੇ ਹਾਲੋਕਾਸਟ ਮਿਊਜ਼ੀਅਮ ਸਾਰੇ ਯੂਰਪ ਵਿੱਚ ਬਣੇ ਆ ਅਮਰੀਕਾ ਚ ਬਣੇ ਆ ਕਦੀ ਇਹ ਜਰਮਨੀ ਸਰਕਾਰ ਨੂੰ ਨਹੀਂ ਅਧਿਕਾਰ ਹੈ ਨਾ ਨਾਜ਼ੀਆਂ ਨੇ ਉਹਨਾਂ ਨੂੰ ਰਾਏ ਦੇਣ ਤੁਹਾਡੀ ਰਾਏ ਨਹੀਂ ਚਾਹੀਦੀ ਕਿਹੜੇ ਸਿੱਖ ਉੱਥੇ ਕਿਹਦੀ ਲਾਣ ਕੇ ਕਿਹਦੀ ਨਾ ਲਾਣ ਇਹ ਸਿੱਖਾਂ ਦਾ ਮਾਮਲਾ ਹੈ ਸਿੱਖ ਡਿਸਾਈਡ ਕਰਨਗੇ ਜਰਨੈਲ ਸਿੰਘ ਦੀਆਂ ਸਾਰੀਆਂ ਲਿਖਤਾਂ ਮੌਜੂਦ ਹੈ ਹਰ ਲਿਖਤ ਮੌਜੂਦ ਹੈ ਤੁਸੀਂ ਉਹਨਾਂ ਦੀਆਂ ਲਿਖਤਾਂ ਦੇ ਮੁਕਾਬਲੇ ਲੈ ਕੇ ਕੋਈ ਕੇਸ ਦਰਜ ਕਰੋ ਅੱਜ ਵੀ ਦਰਜ ਕਰੋ ਪਬਲਿਕ ਕਮਿਸ਼ਨ ਬਣਾਓ ਖਾਲੀ ਹਵਾ ਦੇ ਵਿੱਚ ਕਿਸੇ ਨੂੰ ਚੈਲੰਜ ਕਰੀ ਜਾਣਾ ਇਹਦਾ ਕੋਈ ਹੱਲ ਨਹੀਂ ਨਿਕਲੇਗਾ ਕਿਤੇ ਲਾਂਬਾ ਸਾਹਿਬ ਨੇ ਆਪਣੀ ਗੱਲ ਦੇ ਵਿੱਚ ਇੱਕ ਪੁਆਇੰਟ ਕਿਹਾ ਜਿਹਦੇ ਨਾਲ ਕਿ ਮੈਂ ਬਿਲਕੁਲ ਇਤਫਾਕ ਨਹੀਂ ਰੱਖਦਾ ਲੇਕਿਨ ਇਹ ਤੁਹਾਨੂੰ ਦੱਸਦੀ ਹੈ ਵੀ ਇਸ ਡਿਸਕਸ਼ਨ ਵਿੱਚ ਸਾਡੀ ਗੱਲਬਾਤ ਦੇ ਵਿੱਚ ਕੁਝ ਪਾਰਟ ਐਸਾ ਹੋ ਸਕਦਾ ਜਿਹਦੇ ਨਾਲ ਕਿ ਤੁਹਾਡੀ ਸ਼ਾਇਦ ਜਿਹੜੀ ਨਿੱਜੀ ਰਾਏ ਹੈਗੀ ਉਹ ਮੇਲ ਨਾ ਖਾਂਦੀ ਹੋਵੇ ਲੇਕਿਨ ਇਹ ਕਾਫੀ ਕਲੀਅਰ ਮਸਲਾ ਹੈਗਾ ਵੀ ਇੱਥੇ ਇੱਕ ਬਹੁਤ ਜ਼ਿਆਦਾ ਮਤਭੇਦ ਹੈਗੇ ਨੇ ਪੰਜਾਬ ਦੀ ਕਮਿਊਨਿਟੀ ਦੇ ਵਿੱਚ ਤੇ ਕਿਤੇ ਨਾ ਕਿਤੇ ਇਹ ਮਤਭੇਦਾਂ ਲਈ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਉਹ ਸਾਡੀ ਲੀਡਰਸ਼ਿਪ ਦੀ ਹੈ ਜੋ ਕਿ ਇਹਨਾਂ ਮਤਭੇਦਾਂ ਨੂੰ ਕਦੇ ਰਿਜ਼ੋਲਵ ਨਹੀਂ ਕਰ ਪਾਈ ਇਹ ਕਦੀ ਰੀਕਨਸਾਈਲ ਨਹੀਂ ਕੀਤਾ ਗਿਆ ਅੱਜ ਵੀ ਇਹ ਕਹਿ ਪਾਉਣਾ ਮੁਸ਼ਕਿਲ ਹੈ ਅਤੇ ਵਾਰ ਵਾਰ ਜਦੋਂ ਇਹ ਗੱਲ ਕੀਤੀ ਜਾਂਦੀ ਹੈ ਵੀ ਸਿੱਖਾਂ ਦਾ ਅੰਦਰੂਨੀ ਮਾਮਲਾ ਹੈਗਾ ਉੱਥੇ ਕਿਤੇ ਨਾ ਕਿਤੇ ਓਬਜੈਕਸ਼ਨ ਸੰਭਵ ਹੈਗਾ ਕਿਉਂਕਿ ਸਿਰਫ ਸਿੱਖ ਹੀ ਨਹੀਂ ਬਲਕਿ ਪੂਰੀ ਆਵਾਮ ਪੂਰੇ ਹਿੰਦੁਸਤਾਨ ਦੀ ਉਹ ਜਨਤਾ ਜਿਨ੍ਹਾਂ ਨੇ ਕਿ 1984 ਦੇ ਵਿੱਚ ਉਹ ਪੂਰਾ ਘਟਨਾਕ੍ਰਮ ਸੁਣਿਆ ਜਾਂ ਟੈਲੀਵਿਜ਼ਨ ਜਾਂ ਅਖਬਾਰਾਂ ਦੀ ਮਦਦ ਨਾਲ ਉਸਨੂੰ ਸਮਝਣ ਦੀ ਕੋਸ਼ਿਸ਼ ਕੀਤੀ ਉਹਨਾਂ ਪ੍ਰਤੀ ਵੀ ਕੋਈ ਜਵਾਬਦੇਹੀ ਹੈ ਅਤੇ ਉਹਨਾਂ ਨੂੰ ਵੀ ਇਹ ਸਮਝਾਉਣਾ ਓਨਾ ਹੀ ਜ਼ਰੂਰੀ ਹੈ ਵੀ ਸੰਤ ਜਰਨੈਲ ਸਿੰਘ ਪਿੰਡਾਲਾ ਦੀ ਅਸਲੀ ਭੂਮਿਕਾ ਉਸ ਦੌਰਾਨ ਕੀ ਰਹੀ ਅਤੇ ਕਿਹਦੀਆਂ ਗਲਤੀਆਂ ਰਹੀਆਂ ਇਹ ਸਾਰੀਆਂ ਚੀਜ਼ਾਂ ਸਭ ਚੀਜ਼ ਨੂੰ ਸਭ ਨੂੰ ਐਕਸਪਲੇਨ ਕਰਨੀਆਂ ਪੈਣਗੀਆਂ ਸਿਰਫ ਅੰਦਰੂਨੀ ਮਾਮਲਾ ਕਹਿ ਕੇ ਇਸ ਮਾਮਲੇ ਤੋਂ ਕਿਤੇ ਵੀ ਅਸੀਂ ਜਸਟਿਸ ਨਹੀਂ ਕਰ ਪਾਵਾਂਗੇ ਘੱਟੋ ਘੱਟ ਸੰਤ ਜਰਨੈਲ ਸਿੰਘ ਪਿੰਡਾਲਾ ਦੀ ਸ਼ਖਸੀਅਤ ਜਿਨ੍ਹਾਂ ਦੇ ਨਾਲ ਜਸਟਿਸ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਐਸਜੀਪੀਸੀ ਵੱਲੋਂ ਜਾਂ ਹੋਰ ਕਈ ਕਾਰਨਰਸ ਵੱਲੋਂ ਦੰਦਮੀ ਟਕਸਾਲ ਵੱਲੋਂ ਉਹਨਾਂ ਨਾਲ ਤਾਂ ਜਸਟਿਸ ਘੱਟੋ ਘੱਟ ਨਹੀਂ ਹੋ ਸਕਦਾ ਇਹ ਡਿਸਕਸ਼ਨ ਤੁਹਾਨੂੰ ਕਿਹੋ ਜਿਹੀ ਲੱਗੀ ਇਸ ਬਾਰੇ ਆਪਣੇ ਵਿਚਾਰ ਸਾਨੂੰ ਜ਼ਰੂਰ ਲਿਖੋ ਸਾਡਾ ਪਤਾ ਹੈ ਖਬਰਸਾਰ ਜ਼ੀ ਪੰਜਾਬੀ ਪੋਸਟ ਬੈਗ ਨੰਬਰ
4599 ਹੌਸ ਖਾਸ ਨਵੀਂ ਦਿੱਲੀ 110016 ਸਾਡਾ ਵੈਬਸਾਈਟ ਐਡਰੈਸ ਹੈ www.zpunjabi.com ਲੈਣੇ ਇਜਾਜ਼ਤ ਇੱਕ ਹੋਰ ਚਰਚਾ ਲੈ ਕੇ ਫਿਰ ਹਾਜ਼ਰ ਹੋਵਾਂਗੇ ਧੰਨਵਾਦ